ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੈ ਸਾਚੇ ਕੇ ਗੁਣ ਗਾਏ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਚੜ੍ਹਦੀ ਸਵੇਰ ਅਸੀਂ ਗੁਰੂ ਦਰਬਾਰ ਹਾਜ਼ਰ ਹਾਂ ਕੁਝ ਸਰੀਰ ਨਾਲ ਹੀ ਟੈਲੀਵਿਜ਼ਨ ਰਾਹੀਂ ਦੂਰ ਦਰਾਜ ਘਰਾਂ ਥਾਵਾਂ 'ਤੇ ਗੁਰਸ਼ਬਦ ਦੀ ਆਭਾ ਨਾਲ ਮੰਨਤ ਹੋ ਰਹੇ ਦਰਸ਼ਕ ਸਾਹਿਬਾਨ ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਤੋਂ ਉਪਰੰਤ ਅੱਜ ਦਾ ਹੁਕਮਨਾਮਾ ਗਿਆਨੀ ਜੀ ਨੇ ਸਾਨੂੰ ਪਾਠ ਰੂਪ ਵਿੱਚ ਸਰਵਨ ਕਰਵਾਇਆ ਹੈ। ਇਹ ਮੁਕਾਮੀ ਬਚਨ ਤਨਾਸਰੀ ਰਾਗ ਦੀ ਰਚਨਾ ਹੈ। ਮਹਲਾ ਤੀਜਾ। ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਜੋਤ ਦਾ ਤੀਸਰਾ ਜਾਮਾ ਇਸ ਬਚਨ ਨੂੰ ਉਚਾਰ ਰਿਹਾ ਹੈ। ਆਓ ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰੂ ਆਕਾਂ ਦੀ ਤਕਰੀਰ ਵਿਚਾਰ ਪ੍ਰਾਰੰਭ ਕਰੀਏ। ਇੱਕ ਵਾਰ ਸਭ ਪ੍ਰੇਮ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਾਉ ਦੇ ਪਦੇ ਤੋਂ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਸਾਹਿਬ ਜ਼ਿਕਰ ਕਰਦੇ ਨੇ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਰਹਾਉ ਸਾਚਾ ਧਨ ਗੁਰਮਤੀ ਪਾਏ। ਧਨ ਵੈਲਥ, ਕੈਪੀਟਲ, ਮਨੀ, ਦੌਲਤ, ਸਰਮਾਇਆ, ਕੋਈ ਵੀ ਅਸੀਂ ਕਿਸੇ ਤਰੀਕੇ ਨਾਲ ਸਮਝ ਸਕਦੇ ਹਾਂ, ਉਹਨੂੰ ਅਸੀਂ ਧਨ ਕਹਿੰਦੇ ਹਾਂ। ਮਨੁੱਖੀ ਦੁਨੀਆਂ ਦੇ ਵਿੱਚ ਧਨ ਤੋਂ ਸਿੱਧਾ ਮਾਇਨਾ ਰੋਕੜ, ਸੋਨਾ, ਚਾਂਦੀ, ਕੀਮਤੀ ਚੀਜ਼ਾਂ ਨਾਲ ਹੋ ਜਾਂਦਾ ਹੈ। ਪਰ ਜੇ ਬੜੇ ਧਿਆਨ ਨਾਲ ਦੇਖਿਆ ਜਾਏ ਤਾਂ ਧਨ ਸਿਰਫ ਉਹ ਨਹੀਂ ਹੁੰਦਾ ਜਿਹੜਾ ਬਹਿਰੂਨੀ ਤੌਰ 'ਤੇ ਦਿਸਦਾ ਆ ਵੀ ਇਹੀ ਧਨ ਆ। ਧਨ ਦੀ ਪਰਿਭਾਸ਼ਾ ਬੜੀ ਵਿਸ਼ਾਲ ਆ, ਬੜੀ ਵਾਸਟ ਆ। ਜਿਵੇਂ ਸਪੋਜ਼ ਕਰੋ, ਜਿਹੜੀ ਸਰਮਾਇਆ ਕਮਾਉਣ ਦੀ ਸਮਰੱਥਾ ਆ, ਐਬਿਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ, ਅਸਲ ਧਨ ਤਾਂ ਉਹ ਹੈਗੀ ਹੈ। ਕਿਸੇ ਦੇ ਕੋਲ ਕੋਈ ਹੁਨਰ ਆ, ਕਿਸੇ ਨੂੰ ਕੋਈ ਖਾਸ ਪ੍ਰੋਫੈਸ਼ਨਲ ਜੋ ਉਸ ਲੈਵਲ 'ਤੇ ਸਕਿੱਲ ਆ ਕਿਸੇ ਦੀ, ਕਿਸੇ ਦੇ ਕੋਲ ਕੁਝ ਖਾਸ ਕਿਸਮ ਦੇ ਕੰਮਕਾਰ ਕਰਨ ਦੀ ਉਹਨੂੰ ਸਮਝ ਆ, ਇਹ ਕੀ ਹੈ, ਇਹ ਧਨ ਆ ਉਹਦਾ। ਇਸ ਧਨ ਦੇ ਜ਼ਰੀਏ ਉਹ ਹੋਰ ਧਨ ਜਨਰੇਟ ਕਰ ਰਿਹਾ ਹੈਗਾ। ਫਿਰ ਵੀ ਹਕੀਕਤ ਆ, ਇਕੱਲਾ ਪ੍ਰੋਫੈਸ਼ਨਲਿਜ਼ਮ, ਸਕਿੱਲਡ ਐਬਿਲਿਟੀ, ਇਹੀ ਸਭ ਕੁਝ ਧਨ ਨਹੀਂ ਹੁੰਦਾ।
ਜੇ ਸਹੀ ਰੂਪ ਵਿੱਚ ਦੇਖਿਆ ਜਾਏ ਮਨੁੱਖੀ ਕਿਰਦਾਰ, ਮਨੁੱਖੀ ਗੁਣ, ਮਨੁੱਖੀ ਸੁਭਾਅ ਦੀਆਂ ਖੂਬੀਆਂ, ਇਹ ਵੀ ਤਾਂ ਧਨ ਹੀ ਹੈ। ਅਤੇ ਇਹ ਇਤਨਾ ਬੇਸ਼ਕੀਮਤੀ ਧਨ ਆ ਜਿਹੜਾ ਬਾਹਰ ਦਾ ਸਰਮਾਇਆ ਦੇ ਕੇ ਵੀ ਤੁਸੀਂ ਮੁੱਲ ਦੇ ਕੇ ਵੀ ਨਹੀਂ ਲੈ ਸਕਦੇ। ਮੈਨੂੰ ਸਿੰਪਲ ਇਗਜ਼ਾਮਪਲ ਜਿਵੇਂ ਜੇ ਕਰਾਂ ਇਸ ਰੂਪ ਦੇ ਵਿੱਚ, ਤੁਸੀਂ ਕਿਸੇ ਬੱਚੇ ਨੂੰ ਮੈਥ ਪੜ੍ਹਨਾ ਚੰਗਾ ਸਿਖਾਉਣਾ ਆ, ਟਿਊਟਰਿੰਗ ਰੱਖ ਲਓਗੇ, ਮੈਥ ਆ ਜਾਏਗਾ ਉਹਨੂੰ। ਬੇਸਡ ਔਨ ਮੈਥ, ਸਾਇੰਸ ਜਾਂ ਹੋਰ ਸਬਜੈਕਟਸ ਦੀ ਸਕਿੱਲਸ ਦੇ ਉੱਤੇ ਉਹ ਬੱਚਾ ਸੁਸਾਇਟੀ ਦੇ ਵਿੱਚ ਆਪਣਾ ਜਿਹੜਾ ਅਰਨਿੰਗ ਹੈਂਡ ਆ, ਜਿਹੜੀ ਉਹਦੀ ਕਮਾਈ ਕਰਨ ਦੀ ਸਮਰੱਥਾ ਵਧਾ ਲਏਗਾ ਇਸ ਤਰੀਕੇ ਨਾਲ। ਪਰ ਜੇ ਅਸੀਂ ਇਹ ਕਹੀਏ ਕਿ ਉਸ ਬੱਚੇ ਨੂੰ ਅਸੀਂ ਬਾਹਰੋਂ ਟਿਊਟਰਿੰਗ ਰੱਖ ਕੇ ਉਹਨੂੰ ਅਸੀਂ ਇਮਾਨਦਾਰੀ ਸਿਖਾ ਲਵਾਂਗੇ, ਅਸੀਂ ਉਹਨੂੰ ਟਿਊਟਰਿੰਗ ਰੱਖ ਕੇ ਉਹਨੂੰ ਅਸੀਂ ਮਿੱਠ ਬੋਲੜਾ ਬਣਾ ਲਵਾਂਗੇ, ਉਹਨੂੰ ਅਸੀਂ ਟਿਊਟਰਿੰਗ ਰੱਖ ਕੇ ਉਹਦੇ ਅੰਦਰ ਇਨਸਾਨੀਅਤ ਭਰ ਲਵਾਂਗੇ, ਪਿਆਰ ਭਰ ਲਵਾਂਗੇ, ਸਨੇਹ ਭਰ ਲਵਾਂਗੇ, ਇਹ ਨਹੀਂ ਪੋਸੀਬਲ। ਕਿੰਨਾ ਮਹਿੰਗਾ ਧਨ ਆ ਜਿਹੜਾ ਤੁਸੀਂ ਧਨ ਖਰਚ ਕੇ ਵੀ, ਮਤਲਬ ਇਨਵੈਸਟ ਕਰਦੇ ਹੋ ਨਾ, ਕਹਿੰਦੇ ਨੇ ਵੀ ਮਨੀ ਇਨਵੈਸਟ ਕਰਦੇ ਹੋ ਉਹ ਫਿਰ ਜਿਹੜੇ ਰਿਜ਼ਲਟ ਜਨਰੇਟ ਕਰਦੇ ਆ। ਤੁਸੀਂ ਬੱਚੇ ਨੂੰ ਕੋਚਿੰਗ ਕਰਾ ਕੇ ਕੋਈ ਸਪੋਰਟਸ ਪਲੇ ਕਰਨੀ ਤਾਂ ਸਿਖਾ ਸਕਦੇ ਹੈਗੇ ਹੋ, ਪਰ ਚੰਗਾ ਵਿਹਾਰ ਕਿਵੇਂ ਕਰਨਾ, ਹਾਓ ਟੂ ਬਿਹੇਵ ਵਿਦ ਗੁੱਡ ਮੈਨਰਸ, ਵੀ ਕੈਨ ਨੋਟ ਐਕਚੁਲੀ, ਅਸੀਂ ਬਾਏ ਨਹੀਂ ਕਰ ਸਕਦੇ। ਇਹ ਧਨ ਆ, ਇਹ ਧਨ ਸਹੀ ਰੂਪ ਵਿੱਚ ਕਿਹਾ ਜਾਏ ਤਾਂ ਮਨੁੱਖਾ ਦੁਨੀਆ ਵਿੱਚ ਦੇਖੋ ਤੁਸੀਂ, ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ ਅਸੀਂ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਥੀ ਕੇ ਸਵਈਏ ਪੜ੍ਹਦੇ ਹਾਂ ਨਾ ਸਵੇਰ ਦੇ ਸਮੇਂ, ਉਹਨਾਂ ਸਵਈਆਂ ਦੇ ਵਿੱਚ ਜਦੋਂ ਅਸੀਂ ਦਸਵੇਂ ਸਵਈਏ ਦੇ ਨੇੜੇ ਆ ਰਹੇ ਹੁੰਦੇ ਹਾਂ ਅਤੇ ਸਾਹਿਬ ਜ਼ਿਕਰ ਕਰਦੇ ਨੇ, ਸਾਚ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਪਾਉਣਾ ਹੋਰ ਕੁਝ ਵੀ ਨਹੀਂ, ਪ੍ਰੇਮ ਦਾ ਪਾਉਣਾ ਆ। ਅਤੇ ਪ੍ਰੇਮ ਕੀ ਹੈ? ਪ੍ਰੇਮ ਘਰਾਂ ਥਾਵਾਂ, ਮਤਲਬ ਰਿਸ਼ਤਿਆਂ ਨਾਤਿਆਂ ਦੇ ਛਿੱਕ ਸੰਭਲਣ ਵਾਲੀ, ਉਸਰਨ ਵਾਲੀ ਚੀਜ਼ ਹੈ ਸਾਰੇ ਦੀ ਸਾਰੀ। ਕਿੱਡਾ ਵੱਡਾ ਸਰਮਾਇਆ ਆ, ਘਰ ਬਹੁਤ ਅਮੀਰ ਹੋਏ, ਬੜੇ ਵੱਡੇ ਮਹਿਲ ਹੋਣ, ਘਰ ਮਕਾਨ ਬਣੇ ਹੋਣ, ਸਭ ਚੀਜ਼ਾਂ ਹੋਣ, ਅਤੇ ਉਸ ਘਰ ਮਕਾਨ ਦੇ 'ਚ ਰਹਿਣ ਵਾਲੇ ਜੀਆਂ ਨੂੰ ਆਪਸ ਵਿੱਚ ਰਹਿਣ ਦਾ ਪਤਾ ਨਾ ਹੋਏ, ਕਾਹਦਾ ਧਨ ਆ? ਗੁਰਬਤ ਆ। ਅਤੇ ਇਹ ਗੁਰਬਤ ਜਿਹੜੀ ਹੈ ਇਹ ਰੋਕੜ ਨਾਲ ਦੂਰ ਵੀ ਨਹੀਂ ਹੋਏਗੀ। ਤੁਸੀਂ ਜਿੰਨਾ ਮਰਜ਼ੀ ਰੋਕੜ ਲੈ ਆਓ, ਉੱਥੇ ਜਿੰਨੇ ਮਰਜ਼ੀ ਸਾਧਨ ਲੈ ਆਓ। ਮਾਫ਼ੀ ਮੰਗਾਂਗਾ ਮੈਂ, ਬੰਦੇ ਨੇ ਘਰ ਦੀ ਫਰੰਟ ਡੋਰ ਤੋਂ ਲੈ ਕੇ ਅਤੇ ਬਿਲਕੁਲ ਲਾਸਟ ਵਾਲ ਜਿਹੜੀ ਹੈ ਘਰ ਦੀ, ਉਹਦੇ ਦਰਮਿਆਨ ਸੁੱਖਾਂ ਦੇ ਸਾਧਨ ਹੀ ਸਾਧਨ ਭਰ ਦਿੱਤੇ, ਹਰ ਤਰ੍ਹਾਂ ਦਾ ਸਾਧਨ ਮੌਜੂਦ ਅਤੇ ਮੁਯੱਸਰ ਕਰ ਦਿੱਤਾ। ਪਰ ਜਦੋਂ ਅਸੀਂ ਉਸੇ ਘਰ ਵਿੱਚ ਦੇਖਦੇ ਹਾਂ ਸੁੱਖਾਂ ਦੇ ਸਾਧਨ ਬਹੁਤ ਨੇ, ਸੁੱਖ ਨਹੀਂ ਹੈ। ਕਿਉਂ? ਕਿਉਂਕਿ ਸੁੱਖ ਤਾਂ ਪ੍ਰੇਮ ਵਿੱਚੋਂ ਪੈਦਾ ਹੋਣਾ ਸੀ, ਸਨੇਹ ਵਿੱਚੋਂ, ਇੱਕ ਦੂਜੇ ਦੀ ਇੱਜ਼ਤ ਵਿੱਚੋਂ, ਇੱਕ ਦੂਜੇ ਦੇ ਮਾਣ ਵਿੱਚੋਂ, ਇੱਕ ਦੂਜੇ ਦੇ ਅਦਬ ਵਿੱਚੋਂ, ਇੱਕ ਦੂਜੇ ਦੇ ਸਤਿਕਾਰ ਵਿੱਚੋਂ। ਇਹ ਧਨ ਦੁਨੀਆਂ ਤੋਂ ਬਾਹਰ ਕੋਈ ਇਹੋ ਜਿਹੀ ਦੁਕਾਨ ਨਹੀਂ ਜਿੱਥੋਂ ਖਰੀਦ ਲਿਆਓਗੇ, ਜਾ ਕੇ ਜਿੱਥੋਂ ਲੈ ਆਓਗੇ, ਕਮਾ ਲਿਆਓਗੇ। ਇਸ ਲਈ ਦੁਨੀਆਂ 'ਚ ਇੱਕ ਅਜੀਬ ਮੁਫਲਸੀ ਹੈ, ਇੱਕ ਅਜੀਬ ਗਰੀਬੀ ਹੈ। ਸਭ ਕੁਝ ਹੁੰਦਿਆਂ ਬੰਦਾ ਫਿਰ ਭੁੱਖਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਐਵੇਂ ਨਹੀਂ ਹੈ, ਅਧਿਆਤਮਿਕ ਬਚਨ ਨੇ। ਮਹਾਰਾਜ ਜ਼ਿਕਰ ਕਰਦੇ, ਹਕੀਕਤ ਇਹ ਹੈ, ਕਰ ਹੁੰਦੇ ਰਤਨ ਪਦਾਰਥ ਭੁੱਖੇ, ਭਾਗਹੀਨ ਹਰ ਦੂਰੇ। ਕਰ ਹੁੰਦੇ ਰਤਨ ਪਦਾਰਥ,
ਇਹ ਨਹੀਂ ਵੀ ਕੁਦਰਤ ਸਾਡੇ ਨਾਲ ਧੱਕਾ ਕਰਦੀ ਹੈ, ਸਾਨੂੰ ਰਤਨ ਪਦਾਰਥ ਨਹੀਂ ਦੇ ਸਕਦੀ ਜਾਂ ਅਸਲ ਸੁੱਖ, ਅਸਲ ਖੁਸ਼ੀ, ਅਸਲ ਧਨ ਨਹੀਂ ਦੇ ਸਕਦੀ। ਮਹਾਰਾਜ ਕਹਿੰਦੇ ਦਿੱਤਾ ਹੈ ਤੈਨੂੰ, ਇੰਤਹਾ ਦਾ ਦਿੱਤਾ, ਰਤਨ ਪਦਾਰਥਾਂ ਨਾਲ ਘਰ ਭਰਿਆ ਪਿਆ, ਪਰ ਫਿਰ ਭੁੱਖਾ ਆ। ਕਿਉਂ ਭੁੱਖਾ ਆ? ਇੰਝ ਜਾਣੋ ਜਿਵੇਂ ਸੁਪੋਜ਼ ਕਰੋ ਕਿ ਕਿਸੇ ਦੇ ਘਰ ਕੋਈ ਸ਼ਖਸ ਆਉਂਦਾ ਹੈ ਅਤੇ ਉਹ ਆ ਕੇ ਕਹਿੰਦਾ ਵੀ ਭਾਈ ਭੁੱਖ ਲੱਗੀ ਹੈ, ਖਾਣ ਲਈ ਦਿਓ। ਉਹ ਕਹਿੰਦਾ ਅਸੀਂ ਤਾਂ ਆਪ ਭੁੱਖੇ ਬੈਠੇ ਹਾਂ, ਸਾਡੇ ਕੋਲ ਤਾਂ ਆਪ ਖਾਣ ਨੂੰ ਕੁਝ ਨਹੀਂ ਹੈਗਾ। ਕਹਿੰਦੇ ਸੱਚੀ ਖਾਣ ਨੂੰ ਕੁਝ ਨਹੀਂ? ਕਹਿੰਦਾ ਨਾ, ਘਰ ਹੈ ਹੀ ਕੁਛ ਨਹੀਂ। ਉਹ ਜਿਵੇਂ ਹੀ ਘਰ ਦੀਆਂ ਜਿਹੜਾ ਹੈਗਾ ਪੈਂਟਰੀਜ਼ ਖੋਲਦਾ ਆ, ਉਹਦੀਆਂ ਕਵਰਸ ਖੋਲਦਾ ਆ ਅਤੇ ਵਿੱਚ ਦੇਖਦਾ ਆ ਕਿੰਨੇ ਬੋਰੇ ਆਟੇ ਦੇ ਪਏ ਨੇ, ਚੌਲਾਂ ਦੇ ਪਏ ਨੇ, ਦਾਲਾਂ ਦੇ ਪਏ ਨੇ, ਪਾਸਤੇ ਦੇ ਪਏ ਨੇ, ਫਰਿੱਜ ਪੂਰੀ ਦੀ ਪੂਰੀ ਭਰੀ ਪਈ ਹੈ ਚੀਜ਼ ਦੇ ਨਾਲ, ਦੁੱਧ ਦੇ ਨਾਲ, ਵੱਖਰੀਆਂ ਵੱਖਰੀਆਂ ਸਬਜ਼ੀਆਂ ਦੇ ਨਾਲ, ਸਾਰਾ ਭੁੱਖ ਹੈ, ਕਮਾਲ ਹੈ, ਸਾਰਾ ਕੁਛ ਤਾਂ ਪਿਆ ਹੈ। ਉਹ ਕਹਿੰਦੇ ਖਾਣ ਨੂੰ ਤਾਂ ਕੁਝ ਵੀ ਨਹੀਂ ਹੈਗਾ, ਦੇਖ ਨਾ ਖਾਣ ਵਸਤੂ ਖਾਣ ਲਈ ਹੈ, ਬਣਾਉਣਾ ਪਏਗਾ। ਜੇ ਤੈਨੂੰ ਬਣਾਉਣਾ ਨਹੀਂ ਆਉਂਦਾ, ਦੇਖੋ ਨਾ ਸਵਾਸ ਨੇ, ਜੀਵਨ ਆ, ਸਮਝ ਆ, ਸੋਝੀ ਹੈ, ਬੰਦੇ ਨੂੰ ਐਨਰਜੀ ਦਿੱਤੀ ਹੈ, ਸਾਰੇ ਨੂੰ ਤੁਸੀਂ ਲਗਾਉਣਾ ਆ, ਇਹਦੇ ਵਿੱਚੋਂ ਪਿਆਰ, ਸੁੱਖ, ਖਲੂਸ, ਮੁਹੱਬਤ ਪੈਦਾ ਹੋਏਗੀ। ਜੇ ਆਪਾਂ ਇਹਨੂੰ ਲਗਾਵਾਂਗੇ ਹੀ ਨਹੀਂ, ਬਲਕਿ ਜੇ ਲਗਾਵਾਂਗੇ ਵੀ ਤਾਂ ਉਲਟੇ ਪਾਸੇ ਲਗਾਵਾਂਗੇ, ਫਿਰ ਸੁੱਖ ਕਿੱਥੋਂ ਆ ਜਾਏਗਾ? ਫਿਰ ਸੱਚਾ ਧਨ ਕਿੱਥੋਂ ਆ ਜਾਏਗਾ? ਇਹ ਜੇ ਤੁਸੀਂ ਇਹੋ ਜਿਹਾ ਧਨ ਚਾਹੁੰਦੇ ਹੋ, ਸਾਡੇ ਆਮ ਤੁਸੀਂ ਸੰਸਾਰੀ ਤੌਰ 'ਤੇ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ, ਬਾਣੀ 'ਤੇ ਰਿਫਲੈਕਟ ਕਰਦੀ ਨਾ ਉਸ ਲੈਵਲ 'ਤੇ, ਅਧਿਆਤਮਿਕ ਤਲ ਦੇ ਉੱਤੇ। ਧਨ ਲੋਕ ਕਹਿੰਦੇ ਨੇ ਤੁਹਾਨੂੰ ਇੱਜ਼ਤ ਚਾਹੀਦੀ ਹੈ, ਤੁਹਾਨੂੰ ਮਾਣ ਚਾਹੀਦਾ ਹੈ, ਹਾਂ ਕਿਸੇ ਨੂੰ ਪਿਆਰ ਨਾਲ ਬੁਲਾਓ, ਅਗਲਾ ਤੁਹਾਨੂੰ ਮਾਣ ਦਏਗਾ। ਤੁਹਾਨੂੰ ਪਿਆਰ ਚਾਹੀਦਾ ਹੈ, ਹਾਂ ਤੁਹਾਨੂੰ ਸਤਿਕਾਰ ਚਾਹੀਦਾ ਹੈ, ਹਾਂ ਕਿਸੇ ਨੂੰ ਇੱਜ਼ਤ ਨਾਲ ਬੋਲੋ, ਤੁਹਾਨੂੰ ਪਿਆਰ ਮਿਲੇਗਾ। ਸੋ ਜੇ ਜਿਹੋ ਜਿਹੀ ਚੀਜ਼ ਤੁਸੀਂ ਆਪਣੇ ਵੱਲੋਂ ਦੂਜੇ ਵੱਲ ਨੂੰ ਰੋਲ ਕਰੋਗੇ, ਉਹ ਫਿਰ ਤੁਹਾਡੇ ਵੱਲ ਨੂੰ ਮਦਰ ਨੇਚਰ ਦਾ ਲਾ ਆ। ਤੁਸੀਂ ਜਿੰਨੀ ਜ਼ੋਰ ਲਾ ਕੇ ਕੋਈ ਬਾਲ ਜਿਹੜੀ ਹੈ ਉਹ ਧਰਤੀ 'ਤੇ ਮਾਰੋਗੇ, ਉਤਨੀ ਜ਼ੋਰ ਦੀ ਧਰਤੀ ਤੋਂ ਉਛਲ ਕੇ ਵਾਪਸ ਆਏਗਾ। ਹਾਲਾਂਕਿ ਧਰਤੀ ਦਾ ਕਾਰਜ ਇਹ ਹੈ, ਇਹ ਆਪਣੇ ਵੱਲੋਂ ਚੀਜ਼ਾਂ ਨੂੰ ਖਿੱਚਦੀ ਹੈ, ਪਰ ਫਿਰ ਵੀ ਜੇ ਤੁਸੀਂ ਇਸ ਤਰੀਕੇ ਦਾ ਐਕਟ ਕਰਦੇ ਹੋ, ਰਿਐਕਟ ਕਰਦੀ ਹੈ, ਹਰ ਐਕਸ਼ਨ ਦਾ ਇੱਕ ਰਿਐਕਸ਼ਨ ਹੈਗਾ। ਜੇ ਆਪਾਂ ਚਾਹ ਰਹੇ ਹਾਂ ਸਾਨੂੰ ਮਾਣ ਮਿਲੇ, ਸਤਿਕਾਰ ਮਿਲੇ, ਅਦਬ ਮਿਲੇ, ਵੀ ਹੈਵ ਟੂ ਗਿਵ ਇਟ। ਇਹ ਜਿਹੜੀ ਰੂਪਤਾ ਆ, ਇਹਨੂੰ ਗੁਰੂ ਮਹਾਰਾਜ ਕਹਿੰਦੇ ਨੇ ਸਾਚਾ ਧਨ। ਇਹ ਉਹ ਧਨ ਆ ਜਿਹੜਾ ਬਹਿਰੂਨੀ ਤੌਰ 'ਤੇ ਖਰੀਦ ਨਹੀਂ ਸਕਦੇ, ਜਿਹੜਾ ਸਿਰਫ ਅਤੇ ਸਿਰਫ, ਈਵਨ ਅੱਜ ਕੱਲ੍ਹ ਅਸੀਂ ਦੇਖੀਏ ਸਮਾਜ ਵਿੱਚ, ਅਸੀਂ ਆਪਣੇ ਆਲੇ ਦੁਆਲਿਓਂ ਪਿਆਰ ਖਰੀਦਣ ਵਾਸਤੇ ਵਸਤਾਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਨ ਵੰਡਦੇ ਹਾਂ ਵੀ ਇਹਦੇ ਸਦਕਾ ਪਿਆਰ ਆ ਜਾਏਗਾ। ਇਕੱਲਾ ਇਹ ਨਹੀਂ ਕਰ ਸਕਦਾ, ਇਹ ਤਾਂ ਹੈ ਤੁਹਾਡੇ ਅੰਦਰ ਦਾ ਭਾਵ ਕੀ ਹੈ, ਤੁਸੀਂ ਕਿਸੇ ਨਾਲ ਪੇਸ਼ ਕਿਵੇਂ ਆਉਂਦੇ ਹੋ। ਅਤੇ ਫਿਰ ਇਹ ਭਾਵਨੀ ਜਿਹੜੀ ਹੈ ਇਹ ਬੜੀ ਕਮਾਲ ਦੀ ਚੀਜ਼ ਆ। ਕਈ ਵਾਰੀ ਸਾਹਮਣੇ ਵਾਲਾ ਨਫ਼ਰਤ ਵੀ ਕਰਦਾ ਆ, ਪਰ ਜੇ ਤੁਹਾਡਾ ਭਾਵ ਚੰਗਾ ਆ, ਸਮਾਂ ਪਾ ਕੇ ਤੁਹਾਡਾ ਭਾਵ ਉਹਦੇ 'ਚ ਉਜਾਗਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਇਹੀ ਗੁਰੂ ਮਹਾਰਾਜ ਨੇ ਸਿਖਾਇਆ ਸੀਗਾ, ਅਕਾਲ ਪੁਰਖ ਵਾਹਿਗੁਰੂ ਨੂੰ ਭਾਵਨੀ ਨਾਲ ਚੇਤੇ ਕਰਿਆ ਕਰ, ਇੱਕ ਦਿਨ ਤੇਰਾ ਭਾਵ ਜਿਹੜਾ ਆ ਉਹ ਫਲੀਭੂਤ ਹੋਏਗਾ, ਤੇਰੀ ਭਾਵਨਾ। ਇਹਨੂੰ ਸਾਹਿਬ ਨੇ ਕਿਹਾ ਸੀ ਨਾ, ਸੋ ਕਿਉਂ ਵਿਸਰੈ ਜੇ ਜਿਨ ਸਭ ਕੁਛ ਦੀਆ, ਜਿਹਨੇ ਸਾਰਾ ਸਾਨੂੰ ਬਖਸ਼ਿਆ। ਉਸੇ ਸ਼ਬਦ 'ਚ ਮਹਾਰਾਜ ਨੇ ਕਿਹਾ ਜੋ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈਗਾ ਉਹ ਸ਼ਰਧਾ ਵੀ ਪੂਰੀ ਕਰਦਾ, ਤੇਰੀ ਆਸਥਾ ਨੂੰ ਵੀ ਉਸ ਰੂਪ ਵਿੱਚ ਫਲੀਭੂਤ ਕਰ ਦਿੰਦਾ ਹੈਗਾ। ਸੋ ਇਹ ਰੂਪਤਾ ਜਿਹੜੀ ਹੈ ਗੁਰੂ ਅਮਰਦਾਸ ਸਾਹਿਬ ਨੇ ਇੱਥੇ ਬਿਆਨ ਕੀਤਾ, ਜੇ ਤੂੰ ਉਹ ਸਾਚਾ ਧਨ, ਉਹ ਅਸਲ ਸੁੱਖ, ਅਸਲ ਖੁਸ਼ੀ, ਅਸਲ ਪਿਆਰ, ਸਨੇਹ, ਸ਼ੁਭ ਗੁਣ, ਮਨੁੱਖਤਾ, ਮਾਨਵਤਾ, ਮਾਨਵਤਾ ਦੀਆਂ ਕਦਰਾਂ ਕੀਮਤਾਂ, ਉਹਨਾਂ ਨੂੰ ਤੂੰ ਪ੍ਰਾਪਤ ਕਰਨਾ ਆ, ਸਾਚਾ ਧਨ
ਗੁਰਮਤੀ ਪਾਏ ਤੂੰ ਇੱਕ ਕੰਮ ਕਰ, ਗੁਰੂ ਕੋਲੋਂ ਮਤ ਲੈ ਅਤੇ ਗੁਰੂ ਦੀ ਮਤ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰ, ਉਹਨੂੰ ਉਸ ਲੈਵਲ 'ਤੇ ਜਿਹੜਾ ਹੈਗਾ ਉਹਦੇ ਉੱਤੇ ਕਾਰਜਸ਼ੀਲ ਹੋ ਜਾ, ਤੈਨੂੰ ਇਹ ਸੱਚਾ ਧਨ ਮਿਲੇਗਾ, ਤੂੰ ਅਸਲ ਸਰਮਾਏ ਦੌਲਤ ਵਾਲੇ ਪਾਸੇ ਵਧੇਗਾ। ਕਹਿੰਦੇ ਨੇ ਬੰਦੇ ਦੀ ਮਤ ਹੀ ਹਰ ਚੀਜ਼ ਨੂੰ ਰਿਫਲੈਕਟ ਕਰਦੀ ਹੈ। ਜੇ ਬੰਦਾ ਚੰਗੀ ਮਤ ਲੈ ਲੇ ਤਾਂ ਇਹ ਚੀਜ਼ ਐਸੀ ਹੈ ਜਿਹੜੀ ਅਸੀਂ ਸਾਰੇ ਅਡੋਪਟ ਕਰਦੇ ਹਾਂ, ਅਸੀਂ ਸਾਰੇ ਐਕਸੈਪਟ ਕਰਦੇ ਹਾਂ, ਅਸੀਂ ਸਾਰੇ ਲਰਨ ਕਰਦੇ ਹਾਂ। ਜੇ ਚੀਜ਼ ਨਾ ਹੁੰਦੀ ਬਾਣੀ 'ਚ ਕਦੀ ਬਚਨ ਨਾ ਆਉਂਦੇ। ਮਹਾਰਾਜ ਜ਼ਿਕਰ ਕਰਦੇ ਨਾ ਕਿ ਮਨ ਰੇ ਕੌਣ ਕੁਮਤ ਤੈਂ ਲੀਨੀ, ਕੁਮਤ ਲਫਜ਼ ਮਤ ਆ, ਜੇ ਇਹਦੇ ਸਾਹਮਣੇ ਸੱਸਾ ਔਂਕੜ ਲਾ ਦੀਏ ਸੁਮਤ ਬਣ ਜਾਂਦਾ ਹੈ। ਜੇ ਜਿਵੇਂ ਇੱਥੇ ਗੱਗੇ ਨੂੰ ਔਂਕੜ ਲਾ ਕੇ ਰਾਰਾ ਲਾ ਤਾ, ਗੁਰਮਤ ਇਸ ਰੂਪ ਵਿੱਚ ਬਣਾ ਤਾ ਇਹਨੂੰ। ਬਾਕੀ ਮਤ ਹਾਂ ਨੈਚੁਰਲੀ ਵੀ ਬੰਦੇ ਨੂੰ ਸਮਝ ਥੋੜ੍ਹੀ ਬਹੁਤੀ ਹੁੰਦੀ ਹੈ, ਪਰ ਉਸ ਸਮਝ ਨੂੰ ਵਧਾਇਆ ਜਾਏ। ਜਿਵੇਂ ਸਰਮਾਇਆ ਨਹੀਂ ਵਧਾਇਆ ਜਾਂਦਾ, ਦੌਲਤ ਵਧਾਈ ਜਾਂਦੀ ਹੈ, ਅਤੇ ਵਧਾ ਕੇ ਫਿਰ ਉਹਦੇ ਨਾਲ ਜ਼ਿਆਦਾ ਸੁੱਖ ਸਕੂਨ ਮਿਲਦਾ ਹੈਗਾ। ਐਗਜੈਕਟਲੀ, ਪਰ ਇਹ ਵੀ ਇੱਕ ਘਟਾਈ ਵੀ ਜਾ ਸਕਦੀ ਹੈ। ਦੁਰਮਤ, ਮਤ ਤੋਂ ਦੂਰੀ ਬਣ ਗਈ, ਮਤ ਘੱਟ ਗਈ। ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ ਬੜਾ ਕਮਾਲ ਦਾ ਬਚਨ ਲਿਖਿਆ ਹੈ, ਉਹ ਕਹਿੰਦੇ ਕਿ ਮਾਧੋ ਅਵਿਦਿਆ ਹਿਤਕੀਨ, ਬੰਦੇ ਨੇ ਦੋਸਤੀ ਅਵਿਦਿਆ ਨਾਲ ਲਾ ਲਈ। ਅਵਿਦਿਆ ਕਹਿੰਦੇ ਨੇ ਅਗਿਆਨ ਨੂੰ, ਵਿੱਦਿਆ ਫਿਰ ਲਫਜ਼ ਜਿਹੜਾ ਹੈਗਾ ਤਾਲੀਮ ਨਾਲ, ਐਜੂਕੇਸ਼ਨ ਨਾਲ ਜੋੜਿਆ ਜਾਂਦਾ ਹੈ। ਜਦੋਂ ਐੜਾ ਅਗੇਤਰ ਲੱਗ ਜਾਂਦਾ ਪ੍ਰੀਫਿਕਸ, ਇਹਦਾ ਮਤਲਬ ਅਵਿਦਿਆ ਨੈਗੇਟਿਵ ਹੋ ਗਿਆ। ਦੋਸਤੀ ਅਵਿਦਿਆ ਨਾਲ ਲੱਗ ਗਈ, ਅਗਿਆਨਤਾ ਨਾਲ ਲੱਗ ਗਈ। ਅਗਿਆਨਤਾ ਨਾਲ ਦੋਸਤੀ ਲੱਗਣ ਤੋਂ ਭਾਵ ਕੀ ਹੋ ਗਿਆ, ਚੰਗੀ ਚੀਜ਼ ਪੜ੍ਹਨੀ ਨਹੀਂ, ਸੁਣਨੀ ਨਹੀਂ, ਸਮਝਣੀ ਨਹੀਂ। ਅਤੇ ਹੋਏਗਾ ਕਿ ਜਦੋਂ ਚੰਗੀ ਗੱਲ ਨਹੀਂ ਸੁਣੀ, ਚੰਗੀ ਬਾਤ ਪੜ੍ਹੀ ਨਹੀਂ, ਚੰਗੀ ਬਾਤ ਨੂੰ ਧਿਆਨ ਨਹੀਂ ਦਿੱਤਾ, ਤਾਂ ਉਹ ਅੰਦਰ ਐਗਜ਼ੀਕਿਊਟ ਕਿੱਦਾਂ ਹੋ ਜਾਏਗੀ, ਫਿਰ ਮੈਨੀਫੈਸਟ ਕਿੱਦਾਂ ਹੋ ਜਾਏਗੀ। ਸੋ ਉਸ ਲੈਵਲ 'ਤੇ ਹੋਇਆ ਕਿ ਮਾਧੋ ਅਵਿਦਿਆ ਹਿਤਕੀਨ, ਅਤੇ ਲੌਂਗ ਰਨ ਦੇ ਵਿੱਚ ਕੀ ਹੋਇਆ, ਵਿਵੇਕ ਦੀਪ ਮਲੀਨ। ਜਿਹੜਾ ਵਿਵੇਕ ਦਾ ਦੀਵਾ ਸੀਗਾ, ਜਿਹਨੇ ਰੌਸ਼ਨੀ ਦੇਣੀ ਸੀਗੀ ਹਰ ਗੱਲ ਦੇ ਵਿੱਚ, ਪੈਰ ਪੈਰ ਦੇ ਉੱਤੇ ਜਦੋਂ ਡਿਸੀਜਨ ਲੈਣੇ, ਫੈਸਲੇ ਲੈਣੇ, ਕੰਮ ਕਰਨੇ, ਵਿਚਰਨਾ, ਉਹ ਸਾਰੇ ਦੇ ਵਿੱਚ। ਮੈਂ ਸਪੋਜ਼ ਕਰੋ ਮੇਰੇ ਸਾਹਮਣੇ ਇੱਕ ਸ਼ਖਸ ਹੈ, ਮੈਂ ਕਿਵੇਂ ਬੋਲਣਾ ਉਹਨੂੰ, ਮੇਰੇ ਅੰਦਰ ਦੀ ਆਵਾਜ਼ ਰੌਸ਼ਨੀ ਦੇਏਗੀ, ਮੈਨੂੰ ਕਿੱਦਾਂ ਬੋਲਣਾ ਹੈਗਾ। ਮੈਨੂੰ ਕੋਈ ਗੱਲ ਕਹਿੰਦਾ, ਈਵਨ ਕੌੜੀ ਕਸੈਲੀ ਕਹਿੰਦਾ, ਅਤੇ ਮੈਂ ਕਹਿੰਦਾ ਪਿੱਛਾ ਇਹਨੂੰ ਹੁਣ ਜਵਾਬ ਕਿਵੇਂ ਦੇਣਾ ਹੈਗਾ। ਹੁਣ ਉਸ ਲੈਵਲ 'ਤੇ ਮੇਰੇ ਦਿਮਾਗ ਦੀ ਰੌਸ਼ਨੀ ਵਿਵੇਕ ਨੇ ਦੇਣਾ, ਦੱਸਣਾ ਸੀਗਾ ਕੀ ਕਰਨਾ ਹੈਗਾ, ਤੈਨੂੰ ਕਿਵੇਂ ਰਿਐਕਟ ਕਰਨਾ ਚਾਹੀਦਾ ਹੈਗਾ। ਜੇ ਉਹ ਰੌਸ਼ਨੀ ਖਤਮ ਹੋ ਗਈ, ਜੇ ਉਹ ਅੰਦਰ ਹਨੇਰਾ ਫੈਲ ਗਿਆ, ਇਹਦੀ ਮਿਸਾਲ ਪ੍ਰਿੰਸੀਪਲ ਹਰਭਜਨ ਸਿੰਘ ਇੱਕ ਅੱਜ ਦੀ ਦੁਨੀਆ 'ਚ ਦਿਆ ਕਰਦੇ ਸੀਗੇ, ਇੰਡੀਅਨ ਇਨਵਾਇਰਮੈਂਟ ਦੇ ਵਿੱਚ, ਆਪਣੇ ਕਦੀ ਦੇਖਿਆ ਹੋਏ, ਉਹ ਕਹਿੰਦੇ ਵੀ ਸਪੋਜ਼ ਕਰੋ ਗਰਮੀਆਂ ਦੇ ਦਿਨ ਨੇ ਥੋੜ੍ਹੇ, ਅਤੇ ਬੰਦਾ ਆਪਣੇ ਘਰ ਦੇ 'ਚ ਆਪਣੇ ਕਮਰੇ 'ਚ ਬੈਠਾ, ਰਾਤ ਦੇ ਟਾਈਮ ਉਹਦੇ ਕਮਰੇ ਦੇ ਵਿੱਚ ਕੂਲਰ ਚੱਲ ਰਿਹਾ ਅੰਦਰ ਜਿਹੜਾ ਹੈਗਾ, ਜਾਂ ਕੋਈ ਫੈਨ ਚੱਲ ਰਿਹਾ, ਸਾਹਮਣੇ ਟੀ ਵੀ ਚੱਲ ਰਿਹਾ, ਫੈਨ ਚੱਲ ਰਿਹਾ, ਹਵਾ ਆ ਰਹੀ ਹੈ, ਟੀ ਵੀ ਦੇਖ ਰਿਹਾ, ਕੋਲ ਆਲੇ ਦੁਆਲੇ ਹੋਰ ਸਾਜੋ ਸਮਾਨ ਪਿਆ, ਫਰਿੱਜ ਪਈ, ਉਹਦੇ 'ਚੋਂ ਠੰਡਾ ਪਾਣੀ ਕੱਢ ਕੱਢ ਕੇ ਪੀ ਰਿਹਾ, ਮਤਲਬ ਸਭ ਸੁੱਖ ਦੇ ਸਾਧਨ ਸਾਰੇ ਦੇ ਸਾਰੇ ਬਣੇ ਨੇ। ਇੱਕਦਮ ਕੀ ਹੋਇਆ, ਸਭ ਕੁਝ ਚੱਲਦਿਆਂ ਹੋਇਆ ਲਾਈਟ ਮਰ ਗਈ, ਮਤਲਬ ਬਿਜਲੀ ਚਲੀ ਗਈ, ਲਾਈਟ ਚਲੀ ਗਈ ਇੱਕਦਮ। ਉਹ ਜਿਵੇਂ ਹੀ ਉਹ ਚਲੀ ਗਈ, ਅਤੇ ਹੁਣ ਕੀ ਹੋਇਆ, ਹੁਣ ਬੈੱਡ ਤੋਂ ਉੱਠਣਾ ਪਏਗਾ, ਚੇਅਰ ਤੋਂ ਉੱਠਣਾ ਪਏਗਾ ਬਾਹਰ ਨਿਕਲਣ ਵਾਸਤੇ, ਜਾਂ ਕੋਈ ਲਾਈਟ ਰੌਸ਼ਨੀ ਦਾ ਪਤਾ ਕਰਨ ਵਾਸਤੇ। ਜਿਹੜੀਆਂ ਚੀਜ਼ਾਂ ਸੁੱਖ ਦੇ ਰਹੀਆਂ ਸੀਗੀਆਂ, ਉਹ ਕੂਲਰ, ਉਹ ਟੀ ਵੀ, ਉਹ ਫਰਿੱਜ, ਉਹ ਸਾਰਾ ਸਮਾਨ ਜਿਵੇਂ ਹੀ ਬੈੱਡ ਤੋਂ ਥੱਲੇ ਉਤਰਨ ਲੱਗਾ, ਰਾਈਟ ਵੇ ਜਿਹੜਾ ਹੈਗਾ ਇੱਕ ਲੱਤ ਜਾ ਕੇ ਫਰਿੱਜ ਦੀ ਕੋਰਨ 'ਤੇ, ਕੋਰਨਰ 'ਤੇ ਵੱਜੀ ਜਾ ਕੇ ਉਹਦੇ ਇੱਕਦਮ ਜਿਹੜਾ ਹੈਗਾ ਚੀਜ਼ ਪਈ, ਉਹ ਹੋ ਹੋ ਬੜੀ ਪੇਨ ਹੋਈ। ਅਜੇ ਥੋੜ੍ਹਾ ਹੋਰ ਅੱਗੇ ਵਧਿਆ, ਹੱਥ ਵੱਜਾ ਟੀ ਵੀ ਨੂੰ, ਟੀ ਵੀ ਥੱਲੇ ਡਿੱਗ ਗਿਆ, ਟੁੱਟ ਗਿਆ, ਕੱਚ ਖਿੱਲਰ ਗਿਆ, ਹੋ ਹੋ ਹੋ,
ਹੁਣ ਤੁਰ ਵੀ ਨਹੀਂ ਸਕਦਾ। ਹਾਲਤ ਇਹ ਬਣ ਗਈ, ਜਿਹੜੀ ਚੀਜ਼ ਪਹਿਲਾਂ ਸੁੱਖ ਦੇ ਰਹੀ ਸੀ ਹੁਣ ਉਹੀ ਦੁੱਖ ਦੇ ਰਹੀ ਹੈ। ਕਿਉਂ? ਕਿਉਂਕਿ ਰੌਸ਼ਨੀ ਚਲੀ ਗਈ ਹੈ, ਕਿਉਂਕਿ ਹਨੇਰਾ ਪਸਰ ਗਿਆ ਆ। ਇਹ ਜੀਵਨ ਜਿਹੜਾ ਆ ਇਹ ਸੁੱਖ ਦੇ ਸਕਦਾ ਆ, ਪਰ ਜਦੋਂ ਅਗਿਆਨਤਾ ਆ ਗਈ, ਹਨੇਰਾ ਆ ਗਿਆ, ਅਮੂੜ ਹੋ ਗਿਆ ਬੰਦਾ, ਬੰਦੇ ਨੂੰ ਸਮਝ ਹੀ ਨਹੀਂ, ਫਿਰ ਮਹਾਰਾਜ ਕਹਿੰਦੇ ਕਿੱਥੋਂ ਸੁੱਖ ਆ ਜਾਏਗਾ, ਕਿੱਥੋਂ ਸੁਨੇਹਤਾ ਆ ਜਾਏਗੀ। ਸਭ ਤਨ ਧਾਨ ਜਿਹੜਾ ਆ ਇਹ ਦੁੱਖ ਦਾ ਮੂਲ ਬਣ ਜਾਏਗਾ। ਇਸ ਕਰਕੇ ਭਗਤ ਜੀ ਨੇ ਕਿਹਾ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਵਿਵੇਕ ਦਾ ਦੀਵਾ ਮੈਲਾ ਹੋਣ ਦੀ ਦੇਰ ਆ, ਸਭ ਧਨ ਸਰਮਾਇਆ ਅਤੇ ਹੋ ਰਿਹਾ। ਅੱਜ ਦੀ ਤਾਰੀਖ 'ਚ ਦੇਖੋ ਲੋਕ, ਆ ਕੋਵਿਡ-19 ਦਾ ਇੰਨਾ ਵੱਡਾ ਪ੍ਰਕੋਪ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਪੂਰੇ ਦੀ ਪੂਰੀ ਜ਼ਿੰਦਗੀ ਠਹਿਰ ਗਈ ਗਲੋਬ ਦੇ, ਜਿਸ ਤਰ੍ਹਾਂ ਲੱਗ ਰਿਹਾ ਹੈਗਾ। ਏਅਰਲਾਈਨਸ ਸ਼ਟਡਾਊਨ ਹੋ ਰਹੀਆਂ ਨੇ, ਪੂਰੀ ਮੂਵਮੈਂਟ ਸ਼ਟਡਾਊਨ ਹੋ ਰਹੀ ਹੈ, ਸਕੂਲ ਸ਼ਟਡਾਊਨ ਹੋ ਰਹੇ ਨੇ, ਹਰ ਮਤਲਬ ਜ਼ਿੰਦਗੀ ਦਾ ਸਾਰਾ ਜੋ ਕੁਝ ਸਿਵਿਲਾਈਜੇਸ਼ਨ ਨੇ ਅੱਜ ਤੱਕ ਆਪਣੇ ਆਪ ਨੂੰ ਉਸ ਲੈਵਲ 'ਤੇ ਲਿਆਂਦਾ ਸੀਗਾ ਕਿ ਅਸੀਂ ਜਿਹੜਾ ਹੈਗਾ ਸਿਵਿਲਾਈਜ਼ਡ ਹੋ ਚੁੱਕੇ ਹਾਂ, ਅਸੀਂ ਇਸ ਲੈਵਲ 'ਤੇ ਹੁਣ ਜ਼ਿੰਦਗੀ ਜਿਹੜੀ ਹੈ ਬਿਲਕੁਲ ਇੱਕ ਮਜ਼ਮਾ ਮੇਲਾ ਬਣ ਗਈ ਸਾਰੇ ਦੀ ਸਾਰੀ, ਉਹ ਸਾਰਾ ਮੇਲਾ ਰੁਕ ਗਿਆ ਹੁਣ, ਉਸ ਢੰਗ ਨਾਲ ਸਭ ਚੀਜ਼ਾਂ ਰੁਕ ਗਈਆਂ ਉਸ ਰੂਪ ਵਿੱਚ। ਅਤੇ ਡਰ ਕਿਸ ਗੱਲ ਦਾ? ਡਰ ਇਹ ਹੈ ਵੀ ਕਿਤੇ ਜ਼ਿੰਦਗੀ ਨਾ ਚਲੀ ਜਾਏ, ਕਿਤੇ ਬਿਮਾਰੀ ਨਾ ਲੱਗ ਜਾਏ, ਕਿਤੇ ਅਸੀਂ ਬਿਮਾਰ ਨਾ ਹੋ ਜਾਈਏ, ਕਿਤੇ ਸਾਨੂੰ ਕੁਝ ਹੋ ਨਾ ਜਾਏ। ਕਦੀ ਉਹਨਾਂ ਬਾਰੇ ਸੋਚੋ ਜਿਹੜੇ ਖੁਦ ਆਪਣੇ ਆਪ ਨੂੰ ਖਤਮ ਕਰ ਦਿੰਦੇ ਨੇ ਸੁਸਾਈਡ। ਦੇਖੋ ਨਾ ਜ਼ਿੰਦਗੀ ਨੂੰ ਕਿੰਨਾ ਪਿਆਰ ਕਰਦਾ ਬੰਦਾ, ਇੱਕ ਛੋਟਾ ਜਿਹਾ ਕੀੜਾ ਮਕੌੜਾ ਹੋਏ ਤੁਰਿਆ ਫਿਰਦਾ ਅਤੇ ਉਹਨੂੰ ਤੁਸੀਂ ਮਾੜਾ ਜਿਹਾ ਛੇੜੋ ਤਾਂ ਉਹਨੂੰ ਪਤਾ ਲੱਗੇ ਵੀ ਮੈਨੂੰ ਹੋ ਸਕਦਾ ਮੇਰੀ ਜਾਨ ਚਲੀ ਜਾਏ, ਆਪਣੇ ਸਰਵਾਈਵਲ ਲਈ ਜ਼ੋਰ ਲਾ ਦੇਗਾ, ਉਹ ਇੰਤਹਾ ਕਰੇਗਾ। ਪਰ ਬੰਦਿਆਂ 'ਚ ਕਈ ਵਾਰ ਤੁਸੀਂ ਬੰਦੇ ਦੇਖਦੇ ਹੋ, ਉਹ ਕਹਿੰਦੇ ਵੀ ਛੱਡੋ ਪਰ ਆਪਾਂ ਤਾਂ ਮੁਕਾ ਦੇਣਾ ਆਪਣੇ ਆਪ ਨੂੰ। ਚਲੋ ਲਿਟਰਲੀ ਤੌਰ 'ਤੇ ਜੇ ਨਾ ਵੀ ਮੁਕਾਏ, ਤਾਂ ਜਿਹੜੇ ਲੋਕ ਨਸ਼ੇ ਪੀ ਰਹੇ ਨੇ, ਮੈਂ ਤਾਂ ਖੁਦ ਨਸ਼ਿਆਂ ਨਾਲ ਡੀਲ ਕਰਦੇ ਲੋਕਾਂ ਨਾਲ ਬਹੁਤ ਸਮੇਂ ਤੋਂ ਕੰਮ ਕਰ ਰਿਹਾ ਵਾਂ, ਲੀਵਰ ਡੈਮੇਜ ਹੋ ਚੁੱਕਾ ਆ, ਕਿਡਨੀਆਂ ਜਵਾਬ ਦੇ ਰਹੀਆਂ ਨੇ। ਹਾਲਤ ਇਹ ਹੈ ਕਿ ਅੰਦਰ ਜਿਹੜਾ ਹੈਗਾ ਉਹ ਖਰਾਬ ਹੋ ਚੁੱਕਾ ਸਾਰਾ ਦਾ ਸਾਰਾ, ਅਲਕੋਹਲ ਇਨਟੇਕ ਕਰਨ ਕਰਕੇ, ਕੁਝ ਸਬਸਟੈਂਸ ਇਨਟੇਕ ਕਰਨ ਕਰਕੇ। ਅਤੇ ਹੁਣ ਡਾਕਟਰ ਵੀ ਕਹਿ ਰਿਹਾ ਵੀ ਤੇਰੇ ਕੋਲ ਸਮਾਂ ਨਹੀਂ ਹੈਗਾ, ਯੂ ਨੋ ਇਫ ਯੂ ਆਰ ਗੋਨ ਐਕਚੁਲੀ ਡੂ ਦਾ ਸੇਮ ਕਾਇੰਡ ਆਫ ਯੂ ਗੋਨ ਇਨਟੇਕ ਦਾ ਸੇਮ ਥਿੰਗਸ ਇਨਸਾਈਡ ਯੂ, ਦੈਨ ਡੈਫੀਨੇਟਲੀ ਯੂ ਵੋਂਟ ਬੀ ਏਬਲ ਟੂ ਸਰਵਾਈਵ। ਤੇਰੇ ਲਈ ਇਹ ਬਹੁਤ ਨਾਮੁਮਕਿਨ ਚੀਜ਼ ਹੋ ਜਾਏਗੀ, ਤੂੰ ਸਰਵਾਈਵ ਕਰੇਗਾ ਫਿਰ ਪੀ ਰਿਹਾ। ਹੁਣ ਕੀ ਹੈ, ਇਹ ਸੁਸਾਇਟੀ ਹੈ, ਹੋਰ ਕੀ ਹੈ, ਵੱਧ ਰਿਹਾ ਉਸ ਪਾਸੇ ਨੂੰ। ਜੀਵਨ ਇਤਨੀ ਬੇਸ਼ਕੀਮਤੀ ਚੀਜ਼ ਆ, ਬੰਦੇ ਨੂੰ ਇਹਦਾ ਅਹਿਸਾਸ ਨਹੀਂ ਗਾ। ਕਾਰਨ ਕੀ ਬਣ ਗਿਆ? ਵਿਵੇਕ ਦੀਪ ਮਲੀਨ, ਦੀਵਾ ਮੈਲਾ ਹੋ ਗਿਆ, ਇਸ ਧਨ ਦਾ ਪਤਾ ਹੀ ਨਹੀਂ ਗਾ। ਹਾਲਾਂਕਿ ਬਾਣੀ ਇਹ ਕਹਿੰਦੀ ਹੈ ਕਿ ਇਸ ਤੋਂ ਵੱਡਾ ਧਨ ਕੀ ਹੋਏਗਾ ਜਿਹਨੂੰ ਬੰਦਾ ਗਵਾਰਿਆ, ਰੈਨ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਗਵਾਇਆ ਕੀ ਹੈ? ਹੀਰੇ ਜੈਸਾ ਜਨਮ ਹੈ, ਹੈ ਕਿ ਨਹੀਂ? ਸੱਚਾ ਧਨ ਕਿੱਡਾ ਕੀਮਤੀ ਧਨ ਆ, ਅਤੇ ਕੌਡੀ ਬਦਲੇ ਜਾਏ ਇਹਨੂੰ, ਕੌਡੀ ਦੇ ਬਦਲੇ, ਕੌਡੀ ਵੀ ਨਹੀਂ, ਮਤਲਬ ਉੱਥੇ ਤਾਂ ਹੈ ਹੀ ਕੁਝ ਨਹੀਂ ਨਾ, ਅਵਿਥ ਚੰਚਲ ਜਿਹਦੇ 'ਚੋਂ ਮਿਲਣਾ ਹੀ ਕੁਛ ਨਹੀਂ ਹੈਗਾ, ਬੰਦਾ ਉਸ ਪਿੱਛੇ ਕਮਲਾ ਹੋਇਆ ਉਸ ਰੂਪ ਦੇ ਵਿੱਚ, ਫਿਰ ਇਹ ਵੀ ਚੀਜ਼ ਆ। ਮੈਂ ਫਿਰ ਬੇਨਤੀ ਕੀ ਕਰਾਂ ਕਿ ਮਨ ਰੇ ਕੌਣ ਕੁਮਤ ਤੈਂ ਲੀਨੀ, ਮਤ ਸੁਮਤ ਕੁਮਤ ਇਹ ਲੈਂਦੇ ਹਾਂ ਅਸੀਂ, ਅਸੀਂ ਇਸ ਚੀਜ਼ ਨੂੰ ਅਡੋਪਟ ਕਰਦੇ ਹਾਂ, ਅਸੀਂ ਐਕਸੈਪਟ ਕਰਦੇ ਹਾਂ, ਫਿਰ ਜਾ ਕੇ ਬਾਤ ਬਣਦੀ ਹੈ ਇਸ ਰੂਪ ਦੇ ਵਿੱਚ। ਸਾਹਿਬ ਨੇ ਜ਼ਿਕਰ ਕੀਤਾ ਬੰਦੇ ਕੋਲ ਧਨ ਹੋਏ ਪਰ ਉਸ ਧਨ ਦਾ ਪਤਾ ਨਾ ਹੋਏ, ਬਾਣੀ ਦਾ ਬਚਨ ਸਾਹਿਬ ਕਹਿੰਦੇ ਅੰਨੇ ਵਸ ਮਾਣਕ ਪਿਆ, ਅੱਖਾਂ ਤੋਂ ਅੰਨਾ ਅਤੇ ਮਾਣਕ ਮਿਲ ਗਿਆ, ਜਵਾਹਰਾਤ ਮਿਲ ਗਿਆ, ਅਤੇ ਮਿਲਿਆ ਵੀ ਬੜਾ ਕੀਮਤੀ। ਅਤੇ ਹੁਣ ਕੀ ਹੈ, ਘਰ ਘਰ ਵੇਚਣ ਜਾਏ,
ਉਸ ਮਾਣਕ ਨੂੰ ਗਲੀ ਗਲੀ ਮਿਨਾਰ ਮਿਨਾਰ ਵੇਚ ਰਿਹਾ। ਆੜਾ ਇੱਕ ਇੱਕ ਸਵਾਸ ਜ਼ਿੰਦਗੀ ਦਾ ਅਸੀਂ ਬਤੀਤ ਕਰ ਰਹੇ ਹਾਂ, ਮਾੜੀ ਸੰਗਤ ਵਿੱਚ, ਮਾੜੀਆਂ ਆਦਤਾਂ ਵਿੱਚ, ਸਭ ਇਹ ਕੀ ਹੈ? ਇਹ ਅਸੀਂ ਉਸ ਧਨ ਨੂੰ ਅਜਾਈ ਗਵਾ ਰਹੇ ਹਾਂ। ਕਹਿੰਦੇ ਅੰਨੇ ਵਸ ਮਾਣਕ ਪਿਆ ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵੇ ਅੱਡ ਨਾ ਪੱਲੇ ਪਾਏ। ਹਕੀਕਤ ਇਹ ਹੈ, ਨਾ ਖੁਦ ਨੂੰ ਪਤਾ ਜਿਹੜਾ ਵੇਚਣ ਵਾਲਾ ਆ ਇਹ ਧਨ ਕਿੱਡਾ ਕੀਮਤੀ ਹੈ, ਨਾ ਜਿਹਨਾਂ ਕੋਲ ਵੇਚ ਰਿਹਾ ਉਹਨਾਂ ਨੂੰ ਪਤਾ ਕਿੱਡਾ ਕੀਮਤੀ ਧਨ ਆ। ਜੇ ਕਿਤੇ ਪਤਾ ਲੱਗ ਜਾਏ ਤਾਂ ਫਿਰ ਕੌਡੀਆਂ ਦੇ ਬਦਲੇ ਥੋੜ੍ਹਾ ਗਵਾਏ, ਫਿਰ ਇਹ ਸਿਰਫ ਇਹਨਾਂ ਮਾੜੀਆਂ ਆਦਤਾਂ ਦੇ ਵਿੱਚ ਥੋੜ੍ਹਾ ਪੈ ਜਾਏ, ਫਿਰ ਤਾਂ ਜੀਵਨ ਨੂੰ ਚੰਗੇ ਪਾਸੇ ਲਗਾਏ, ਚੰਗੀਆਂ ਆਦਤਾਂ ਡਿਵੈਲਪ ਕਰੇ, ਚੰਗੇ ਗੁਣ ਡਿਵੈਲਪ ਕਰੇ, ਆਪ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਸ ਕਿਸਮ ਦੀ ਸੋਚ, ਸਮਝ, ਵਿਚਾਰ, ਖਿਆਲ ਉਹਨਾਂ ਨੂੰ ਧਾਰਨ ਕਰੇ, ਉਹਨਾਂ ਨੂੰ ਪ੍ਰਾਪਤ ਕਰੇ, ਅਤੇ ਫਿਰ ਹੋਰਨਾਂ ਨੂੰ ਉਹੋ ਜਿਹੀਆਂ ਚੀਜ਼ਾਂ ਵੰਡੇ। ਜਿਹਨੂੰ ਸਾਹਿਬ ਕਹਿੰਦੇ ਆਪ ਜਪੈ ਅਵਰੈ ਨਾਮ ਜਪਾਵੈ, ਉਹ ਵਾਲੀ ਬਾਤ ਜਿਹੜੀ ਹੈ ਉਹਦੇ 'ਚ ਆ ਜਾਏ, ਇਹ ਹੈ ਗੁਰਮਤਿ। ਇਸ ਤੋਂ ਬਿਨਾਂ ਬੰਦੇ ਨੂੰ ਅਸਲ ਜ਼ਿੰਦਗੀ ਦੇ ਧਨ ਦੀ, ਅਸਲ ਦੌਲਤ ਦੀ ਸਮਝ ਨਾ ਆਵੇਗੀ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਇਹ ਜੇ ਸਾਚਾ ਧਨ ਪ੍ਰਾਪਤ ਕਰਨਾ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਬਾਕੀ ਕਾਚਾ ਧਨ ਆ ਜਿਹੜਾ ਸੰਸਾਰ ਦਾ ਧਨ ਆ, ਅੱਜ ਦੀ ਦੁਨੀਆ ਦੀ ਸਟਾਕ ਦੀ ਦੁਨੀਆ, ਅੱਜ ਸਾਰੇ ਦੀ ਸਾਰੀ ਸ਼ੇਅਰ ਮਾਰਕੀਟ ਜਿਹੜਾ ਹੈਗਾ, ਵੱਡੇ ਵੱਡੇ ਡਾਓ ਜ਼ੋਨ 'ਤੇ ਜਿਹੜਾ ਹੈਗਾ, ਟੋਰਾਂਟੋ ਫੋਰਨ ਐਕਸਚੇਂਜ ਅਤੇ ਸਾਰਾ ਇਹ ਜਿਹੜੀਆਂ ਚੀਜ਼ਾਂ ਸਭ ਇਸ ਤਰੀਕੇ ਦੇ ਨਾਲ, ਇਹਨਾਂ ਦੇ ਮਗਰ ਲੋਕ ਭੱਜ ਰਹੇ ਵੀ ਇਹ ਕਾਰੋਬਾਰੀ ਚੀਜ਼ਾਂ ਨੇ ਸਾਰੀਆਂ। ਅਤੇ ਆਪਣੇ ਦੇਖਿਆ ਥੋੜ੍ਹਾ ਜਿਹਾ ਕ੍ਰਾਈਸਿਸ ਆਇਆ ਹੈਗਾ ਅਤੇ ਕਿਵੇਂ ਇੱਕਦਮ ਸਭ ਕੁਛ ਥੱਲੇ ਡਿੱਗਿਆ। ਇਹ ਕੀ ਹੈ? ਕੱਲ੍ਹ ਦੇ ਅਮੀਰ ਜਿਹੜੇ ਕੈਲਕੂਲੇਸ਼ਨ ਕਰ ਰਹੇ ਸੀਗੇ ਕਿ ਆਪਾਂ ਆਪਣੇ ਕੋਲ 2 ਮਿਲੀਅਨ ਦੇ ਐਸੈਟਸ ਆ ਗਏ ਨੇ, ਰਾਤੋ ਰਾਤ ਇੱਕਦਮ ਕਿਤੇ ਉੱਥੇ ਜਿਹੜਾ ਹੈਗਾ ਕੋਈ ਨੈਗੇਟਿਵ ਜਿਹੜੀ ਇਹ ਚੀਜ਼ ਆਈ, ਅਗਲੇ ਦਿਨ ਪਤਾ ਲੱਗਾ ਉਹ ਹੋ 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 2 ਮਿਲੀਅਨ ਸੋਚ ਰਹੇ ਸੀ ਅਤੇ 0.5 ਮਿਲੀਅਨ ਵੀ ਨਹੀਂ ਰਹਿ ਗਿਆ, ਕਿੱਧਰ ਗਿਆ? ਹਵਾ 'ਚ ਹੀ ਸੀ ਸਾਰਾ ਕੁਛ। ਈਵਨ ਚਲੋ ਬੰਦਾ ਸੋਚੇ ਉਹਨੂੰ ਕਹੇ ਚਲੋ ਉਹ ਨਹੀਂ ਮੇਰੇ ਕੋਲ, ਤਾਂ ਘਰ ਕਾਰੋਬਾਰ ਹੋਰ ਚੀਜ਼ਾਂ ਨੇ, ਘਰ ਕਾਰੋਬਾਰ ਵੀ ਕਾਹਦਾ ਆਇਆ? ਬਿਲਡਿੰਗਾਂ ਦੀਆਂ ਕੀਮਤਾਂ ਰੱਖੀਆਂ ਨੇ, ਜ਼ਮੀਨਾਂ ਦੀਆਂ ਕੀਮਤਾਂ ਰੱਖੀਆਂ ਨੇ, ਵੈਲੂਏਟ ਕਰਦੇ ਹਾਂ ਨਾ। ਜੇ ਇਕੋਨਮੀ ਥੋੜ੍ਹੀ ਸੱਜੇ ਖੱਬੇ ਹੋਏਗੀ ਕਿ ਕੁਛ ਵੀ ਨਹੀਂ, ਕੱਲ੍ਹ ਦੇ ਅਮੀਰ ਅੱਜ ਦੇ ਬਿਲਕੁਲ ਜਿਹੜਾ ਹੈਗਾ ਕੌਡੀਆਂ ਦੇ ਭਾਅ ਹੋ ਜਾਣਗੇ। ਇਹ ਕਾਚਾ ਧਨ ਫੁਨ ਆਵੈ ਜਾਏ, ਇਹਦੇ ਮਗਰ ਬੰਦਾ ਭੱਜ ਰਿਹਾ ਹੈ, ਅਤੇ ਸੱਚਾਈ ਇਹ ਹੈ ਇਹ ਗੁਜਰਾਨ ਆ, ਇਹ ਸੰਸਾਰ ਚਲਾਉਣ ਵਾਸਤੇ ਹੈ ਸਾਰੇ ਦਾ ਸਾਰਾ, ਪਰ ਅਲਟੀਮੇਟਲੀ ਇੱਥੋਂ ਕੋਈ ਖੱਟ ਕੇ ਨਹੀਂ ਲੈ ਕੇ ਗਿਆ। ਇੱਥੇ ਵੀ ਨਹੀਂ ਕਿ ਸਾਰੀ ਉਮਰ ਸਭ ਠੀਕ ਚੱਲਦਾ ਰਿਹਾ, ਬੰਦਾ ਅੰਬਾਰ ਲਾਉਂਦਾ ਰਿਹਾ। ਹੁਣ ਤਾਂ ਸਟੱਡੀਜ਼ ਇਹ ਆ ਰਹੀਆਂ ਨੇ, ਇੱਕ ਬੰਦੇ ਨੇ ਆਪਣਾ ਜੀਵਨ ਲਗਾ ਕੇ ਕੋਈ $2 ਮਿਲੀਅਨ ਇਕੱਠਾ ਕੀਤਾ, 1 ਮਿਲੀਅਨ ਖਾ ਖਰਚ ਲਿਆ ਸਾਰੇ ਜੀਵਨ ਦੇ ਵਿੱਚ, ਜਦੋਂ ਫੌਤ ਹੋਇਆ 1 ਮਿਲੀਅਨ ਪਿੱਛੇ ਛੱਡ ਗਿਆ। ਨਾਨੇ ਲੋਕਾਂ ਨੇ ਵਿਆਖਿਆ ਉਹਦੀ ਕੀਤੀ, ਕਹਿੰਦੇ ਸੱਚਾਈ ਇਹ ਹੈ ਇੰਨੀ ਬੇਸ਼ਕੀਮਤੀ ਜ਼ਿੰਦਗੀ ਉਸ 1 ਮਿਲੀਅਨ ਦੇ ਬਦਲੇ ਗਵਾ ਗਿਆ। ਉਹ ਲੋੜ ਕੀ ਸੀ ਉਸ ਪਾਸੇ ਇੰਨੀ ਐਫਰਟ ਪਾਉਣ ਦੀ? ਉਹਦੇ ਇਵਜ ਦੀ ਬਜਾਏ ਕੁਝ ਹੋਰ ਚੰਗੇ ਕੰਮ ਕਰਦਾ, ਕੁਝ ਹੋਰ ਸ਼ੁਭ ਗੁਣ ਧਾਰਨ ਕਰਦਾ, ਕੁਝ ਹੋਰ ਆਲੇ ਦੁਆਲੇ ਨੂੰ ਸਮਾਂ ਦਿੰਦਾ, ਆਪਣੇ ਆਪ ਨੂੰ ਸਮਾਂ ਦਿੰਦਾ। ਮੇਰੇ ਬੜੇ ਪਿਆਰੇ ਸ਼ਹਿਰ ਤੋਂ ਸੱਜਣ ਸੀਗੇ, ਸਾਰੀ ਉਮਰ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਕਰਵਾਈ, ਬੜਾ ਬੜੇ ਧਾਰਮਿਕ ਤੌਰ 'ਤੇ ਬੜੇ ਕਾਰਜ ਕੀਤੇ, ਹੈਵੀ ਬਹੁਤ ਹਾਈਲੀ ਇੰਟਲੈਕਚੁਅਲ ਪਰਸਨੈਲਿਟੀ ਸੀ, ਸਪਿਰਿਚੁਐਲਿਟੀ ਵਾਲੇ ਪਾਸੇ, ਲਿਟਰੇਚਰ ਦੀ ਸਾਈਡ 'ਚ ਬੜਾ ਉਹਨੂੰ ਸਾਕਸ਼ਾਤਸਾ ਸੀ ਇਸ ਬਾਬਤ। ਉਮਰ ਭੋਗ ਕੇ ਗਏ ਬੜੀ ਲੰਮੀ, ਮੈਂ ਤਾਂ ਮੁੜ ਕੇ ਫਿਰ ਇੱਧਰ ਆ ਗਿਆ ਕਈ ਵਾਰਿਆਂ 'ਚ, ਅਤੇ ਫਿਰ ਉਹ ਹੋਇਆ ਹੈ ਕਿ ਬਹੁਤੀ ਇੰਟਰੈਕਸ਼ਨ ਨਾ ਰਹੀ। ਅਤੇ ਜਦੋਂ ਅਖੀਰਲੇ ਟਾਈਮ 'ਤੇ ਸੀ, ਕੁਝ ਸੱਜਣ ਮੇਰੇ ਹੋਰ ਸੀਗੇ ਉੱਥੇ, ਅਤੇ ਉਹ ਮਿਲਦੇ ਗਿਲਦੇ ਰਹੇ, ਅਤੇ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ, ਉਹ ਕਹਿੰਦੇ ਵੀ ਬਾਈ ਜਦੋਂ ਲਾਸਟ ਉਹਨਾਂ ਦੇ ਟਾਈਮ ਸੀ ਬਿਲਕੁਲ,
ਅਤੇ ਮੈਂ ਦੋ ਚਾਰ ਵਾਰੀ ਮਿਲਣ ਲਈ ਗਿਆ ਅਤੇ ਬੜੇ ਝੋਰੇ 'ਚ ਸੀਗੇ, ਬੜੇ ਅਫਸੋਸ 'ਚ ਸੀਗੇ। ਮੈਂ ਕਿਹਾ ਕੀ ਝੋਰਾ ਅਫਸੋਸ ਕਿਵੇਂ? ਉਹ ਕਹਿੰਦਾ ਗੱਲ ਇਹ ਹੈ ਵੀ ਇੱਕ ਦਿਨ ਬੈਠੇ ਸੀ ਅਤੇ ਬੈਠਿਆਂ ਬੈਠਿਆਂ ਕਹਿੰਦੇ ਵੀ ਬੜਾ ਅਫਸੋਸ ਰਹੇਗਾ, ਰੱਬ ਜੀ ਨੇ ਜ਼ਿੰਦਗੀ ਦਿੱਤੀ ਅਤੇ ਮੇਰੇ ਵਰਗਾ ਬੰਦਾ ਜਿਹਨੂੰ ਮੰਜ਼ਿਲ ਦਾ ਵੀ ਪਤਾ ਲੱਗ ਗਿਆ, ਰਾਹ ਦਾ ਵੀ ਪਤਾ ਲੱਗ ਗਿਆ, ਪਰ ਕਹਿੰਦੇ ਕਿਤੇ ਨਾ ਕਿਤੇ ਲੱਗਦਾ ਐਵੇਂ ਹੈ ਜਿਵੇਂ ਉਸ ਰਾਹ 'ਤੇ ਤੁਰ ਕੇ ਮੰਜ਼ਿਲ ਤੱਕ ਨਹੀਂ ਪਹੁੰਚਿਆ। ਇਹ ਬੜਾ ਅਫਸੋਸ ਰਹੇਗਾ ਇਸ ਗੱਲ। ਕਹਿੰਦੇ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ। ਇੱਕ ਗੱਲ ਇਹ ਵੀ ਕਹਿੰਦਾ ਰੱਬ ਨੇ ਆ ਸਰੀਰ ਦਿੱਤਾ ਸੀਗਾ, ਬੜਾ ਵਾਹਿਆ ਸਰੀਰ ਨੂੰ, ਬੜਾ ਚਲਾਇਆ ਇਹਨੂੰ, ਚਲਾ ਚਲਾ ਕੇ ਵਾਹ ਵਾਹ ਕੇ ਕੋਈ 150 ਏਕੜ ਜ਼ਮੀਨ ਬਣਾਈ ਹੈ, ਕੋਈ ਹੋਰ ਕਾਰੋਬਾਰ ਖੜ੍ਹੇ ਕੀਤੇ ਨੇ, 2-4 ਕੋਠੀਆਂ, ਮਕਾਨ, ਪਲਾਜੇ, ਬੜਾ ਕੁਛ ਇਸ ਤਰੀਕੇ ਦਾ ਬਣਾ ਲਿਆ। ਕਹਿੰਦੇ ਹੁਣ ਇਹ ਹੈ, ਅੱਜ ਜਦੋਂ ਇਸ ਪੜਾਅ 'ਤੇ ਖੜ੍ਹਾ ਵਾਂ, ਜਦੋਂ ਇਹ ਸਰੀਰ ਜਵਾਬ ਦੇ ਰਿਹਾ, ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀ ਨਾ ਵੀ ਕਿੰਨੀ ਨਿੱਕੀ ਜੰਗੀ ਥਲ ਡੂੰਗਰ ਭਵਿਅਮ, ਅੱਜ ਫਰੀਦਾ ਕੁਜੜਾ ਸੈਕੋ ਹਾਥੀਓਂ, ਸਰਹਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਜਿਹੜਾ ਆ ਉਹ ਹੋਠਾਂ ਤੱਕ ਲਾਉਣ ਦੀ ਤਾਕਤ ਨਹੀਂ ਰਹਿ ਗਈ। ਮਤਲਬ ਅੱਜ ਕੁੱਜਾ ਇੰਨੀ ਦੂਰ ਲੱਗਦਾ ਵੀ ਜਿਵੇਂ 100 ਕੋਹਾਂ 'ਤੇ ਪਿਆ ਹੋਏ, ਕੋਈ ਆਵੇਗਾ ਕੁੱਜਾ ਚੁੱਕ ਕੇ ਮੂੰਹ ਨੂੰ ਲਾਵੇਗਾ ਅਤੇ ਪਾਣੀ ਪੀਆਂਗਾ, ਨਹੀਂ ਤਾਂ ਪਿਆਸ ਨਾਲ ਮਰੀ ਜਾਵਾਂਗਾ। ਇੰਨੀ ਹਿੰਮਤ ਨਹੀਂ, ਐਬਿਲਿਟੀ ਨਹੀਂ। ਉਹ ਕਹਿੰਦੇ ਅੱਜ ਸਰੀਰ ਦੀ ਹਾਲਤ ਬਣ ਗਈ, ਬਜ਼ੁਰਗ ਹੋ ਗਿਆ, ਵਡੇਰਾ ਹੋ ਗਿਆ ਇਸ ਰੂਪ ਦੇ ਵਿੱਚ। ਜਦੋਂ ਵੇਖਦਾ ਹਾਂ ਕਿ ਇਸ ਸਰੀਰ ਨੂੰ ਇੰਨਾ ਵਾਹ ਕੇ ਇੰਨਾ ਕੁਝ ਬਣਾਇਆ ਹੈ, ਅਤੇ ਜੇ ਅੱਜ ਇੱਛਾ ਰੱਖਾਂ ਵੀ ਮੇਰੇ ਤੋਂ ਕੋਈ ਮੇਰੀ ਜ਼ਮੀਨ ਜਾਇਦਾਦ ਲੈ ਲਏ, ਸਭ ਕੁਛ ਲੈ ਲਵੇ, ਅਤੇ ਮੇਰੇ ਸਰੀਰ ਦਾ ਨਰੋਆਪਨ ਮੈਨੂੰ ਵਾਪਸ ਦੇ ਦੇ, ਕਹਿੰਦੇ ਨਹੀਂ ਮਿਲਦਾ। ਇੱਥੇ ਆ ਕੇ ਪਤਾ ਲੱਗਦਾ ਹੈ ਕੈਸਾ ਸੌਦਾਗਰ ਨਿਕਲਿਆ ਵਾ, ਸੌਦਾ ਠੀਕ ਨਹੀਂ ਕੀਤਾ। ਮਹਿੰਗੀ ਚੀਜ਼ ਦੇ ਕੇ ਬਹੁਤ ਸਸਤਾ, ਜਿਹੜਾ ਕਿਸੇ ਕੰਮ ਆਉਣ ਵਾਲਾ ਸਮਾਨ ਨਹੀਂ, ਉਹ ਇਕੱਠਾ ਕਰ ਲਿਆ ਸਾਰੇ ਦਾ ਸਾਰਾ। ਇਹ ਬੜੀ ਬੜੀ ਡੀਪ ਲੈਵਲ ਦੀ ਸੋਚ ਹੈ। ਜਿਹਨੂੰ ਸਾਹਿਬ ਨੇ ਕਿਹਾ ਸੀਗਾ ਨਾ ਕਿ ਵਣਜਾਰਾ ਤਾਂ ਹੈ, ਵਪਾਰੀ ਤਾਂ ਹੈ, ਪਰ ਵਪਾਰ ਠੀਕ ਕਰੀ, ਐਸਾ ਨਾ ਹੋਏ ਉਹ ਚੀਜ਼ ਇਕੱਠੀ ਕਰੀ ਜਾਏ ਜਿਹੜੀ ਮੁੜ ਕੇ ਤੇਰੇ ਕਿਸੇ ਉਸ ਲੈਵਲ 'ਤੇ ਕੰਮ ਹੀ ਨਾ ਆਵੇ। ਹਾਂ, ਦੁਨੀਆ ਚੱਲਦੀ ਹੈ, ਗੁਜਰਾਨ ਹੈ, ਗੁਜਰਾਨ ਚਾਹੀਦਾ। ਆਪ ਇੱਥੋਂ ਤੋਂ ਗੁਰਦੁਆਰਾ ਸਾਹਿਬ ਆਇਓ, ਕਾਰ 'ਤੇ ਆਇਓ, ਉੱਥੇ ਲੋੜ ਆ, ਕਾਰ 'ਚ ਗੈਸ ਚਾਹੀਦੀ ਹੈ, ਉਹਦੀ ਇੰਸ਼ੋਰੈਂਸ ਪੇ ਕਰਨੀ ਹੈ, ਸਭ ਚੀਜ਼ਾਂ ਉਹਦੇ ਵਾਸਤੇ, ਸਰਮਾਇਆ, ਰੋਕੜ, ਸਭ ਚੀਜ਼ਾਂ ਨੇ। ਪਰ ਇਹ ਜ਼ਿੰਦਗੀ ਦਾ ਅਲਟੀਮੇਟ ਗੋਲ ਨਹੀਂ ਹੈਗਾ, ਨਾ। ਇਹ ਜਸਟ ਫਾਰ ਏ ਟਾਈਮ ਬੀਂਗ ਜਿਹੜਾ ਹੈਗਾ ਸਾਨੂੰ ਇਸ ਲੈਵਲ 'ਤੇ ਚਾਹੀਦਾ। ਜਿਹੜੀ ਅਲਟੀਮੇਟ ਹੈਪੀਨੈਸ ਆ ਉਹ ਕੁਛ ਹੋਰ ਆ। ਉਹਨੂੰ ਗੁਰੂ ਬਾਬਾ ਜੀ ਨੇ ਕਿਹਾ ਜੇ ਅਰਨ ਨਹੀਂ ਕਰੇਗਾ, ਸਿਰਫ ਇਹ ਕੱਚੇ ਧਨ ਦੇ ਮਗਰ ਭੱਜੇਗਾ, ਫਿਰ ਹੁਣ ਆਵੇ ਜਾਏ, ਇਹ ਕਦੀ ਵੱਧ ਗਿਆ ਕਦੀ ਘੱਟ ਗਿਆ। ਅਤੇ ਇਹਦੇ 'ਚ ਲੱਗੇ ਹੋਏ ਲੋਕ ਜਿਹੜੇ ਨੇ, ਹਾ ਹਾ ਕਰਤ ਬਿਹਾਨੀ ਅਵਧਾ, ਹਾਏ ਮਰ ਗਏ ਕਰਦਿਆਂ ਜੀਵਨ ਬਤੀਤ ਕਰਦੇ। ਕਿਉਂਕਿ ਜਦੋਂ ਵੱਧਦਾ ਉਦੋਂ ਲਾਲਚ ਵਧੀ ਜਾਂਦਾ, ਜਦੋਂ ਘੱਟਦਾ ਉਦੋਂ ਡਰ ਵੱਧ ਹੀ ਜਾਂਦਾ। ਹਾਲਤ ਇਹ ਆ ਬੰਦੇ ਦੀ, ਮਤਲਬ ਕਿਤੇ ਸਟੇਬਿਲਿਟੀ ਹੈ ਹੀ ਨਹੀਂ। ਉਹ ਸਟੇਬਿਲਿਟੀ ਨਾ ਹੋਣ ਕਰਕੇ ਰਾਤਾਂ ਦੀ ਨੀਂਦ ਜਾ ਰਹੀ ਹੈ, ਬੰਦੇ ਨੂੰ ਬਿਮਾਰੀਆਂ ਲੱਗ ਰਹੀਆਂ ਨੇ, ਇਹ ਸਾਰੇ ਦੀ ਸਾਰੀ ਅਲਾਮਤ ਇਸ ਰੂਪ ਵਿੱਚ ਲੱਗ ਰਹੀ ਹੈ। ਸਭ ਜ਼ਿਕਰ ਕਰਦੇ ਇਸ ਚੀਜ਼ ਤੋਂ ਬਾਹਰ ਆ, ਸੱਚਾ ਤਨ, ਅਸਲ ਸੋਚ ਜਿਹੜੀ ਉਹ ਧਾਰਨ ਕਰ ਜਿਹੜੀ ਤੈਨੂੰ ਸੁੱਖ ਸਕੂਨ ਦੇ ਸਕਦੀ ਹੈ। ਸ਼ੁਰੂਆਤੀ ਪਤਾ ਹੈ ਕਾਚਾ ਧਨ ਸੰਚੈ ਮੂਰਖ ਗਾਵਾਰ, ਧਨ ਕੱਚਾ ਵੀ ਹੋ ਜਾਂਦਾ। ਹਾਂ, ਹੋ ਜਾਂਦਾ ਭਾਈ ਕਾਚਾ ਧਨ। ਕਾਚਾ ਧਨ ਕੀ ਹੈ? ਜਦੋਂ ਬੰਦੇ ਨੂੰ ਸਿਰਫ ਕੋਈ ਚੀਜ਼ ਦਿਸੇ, ਵਸਤ ਦਿਸੇ, ਪਦਾਰਥ ਦਿਸੇ, ਕਿਸੇ ਵੈਲਿਊਬਲ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਅਨਐਥੀਕਲ ਡਿਸੀਜਨ ਲੈ ਲਵੇ, ਬੰਦਾ ਨਾ ਕਰਨ ਯੋਗ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਨਾ ਕਿ ਲੋਭੀ ਜੰਤ ਨਾ ਜਾਣ ਹੀ ਭੱਖ ਅਪੱਖ ਸਭ ਖਾਏ,
ਜੋ ਨਹੀਂ ਖਾਣ ਯੋਗ ਉਹ ਵੀ ਖਾ ਲਵੇ, ਜੋ ਨਹੀਂ ਕਰਨ ਯੋਗ ਉਹ ਵੀ ਕਰ ਲਵੇ, ਜ਼ਮੀਰ ਫਰੋਸ਼ ਹੋ ਜਾਏ। ਬੰਦਾ ਆਪਣੀ ਮਿਹਨਤ ਵੇਚੇ, ਪਸੀਨਾ ਵੇਚੇ, ਹੁਨਰ ਵੇਚੇ, ਸਕਿੱਲ ਵੇਚੇ, ਆਪਣੇ ਲਿਆਕਤ ਵੇਚੇ ਧਰਤੀ ਦੇ ਉੱਤੇ, ਇਹ ਜ਼ਰੂਰੀ ਹੈ, ਠੀਕ ਹੈ, ਇਹਦੇ ਨਾਲ ਸੰਸਾਰ ਚੱਲਦਾ ਆ, ਪਰ ਬੰਦਾ ਆਪਣਾ ਜ਼ਮੀਰ ਵੇਚ ਦੇ, ਦੈਟ ਇਜ਼ ਅਨਅਕਸੈਪਟੇਬਲ। ਬੰਦਾ ਆਪਣੀ ਇਮਾਨਦਾਰੀ ਵੇਚ ਦੇਵੇ, ਦੈਟ ਇਜ਼ ਅਨਅਕਸੈਪਟੇਬਲ। ਬੰਦਾ ਇਸ ਇਹ ਜਿਹੜੀ ਚੀਜ਼ ਆ, ਇਹਨੂੰ ਸਾਹਿਬ ਨੇ ਕਿਹਾ ਕਾਚਾ ਤਨ। ਆਪ ਦੇਖੋਗੇ ਜਿਹਨਾਂ ਸਮਾਜਾਂ 'ਚ ਅਸੀਂ ਰਹਿ ਰਹੇ ਹੈਗੇ ਹਾਂ, ਸੋਸ਼ਲ ਵੈਲਫੇਅਰ ਸਿਸਟਮ ਹੈ, ਸੋਸ਼ਲ ਸਿਕਿਉਰਿਟੀ ਹੈ, ਬੰਦਾ ਇੱਥੇ ਆ ਜਾਏ ਤਾਂ ਇਹ ਨਹੀਂ ਕਿ ਉਹਨੂੰ ਜਿਹੜਾ ਹੈਗਾ ਫੂਡ ਦੀ ਸ਼ੈਲਟਰ ਦੀ ਪ੍ਰੋਬਲਮ ਆਏਗੀ। ਲੋਕ ਪੰਜ ਚਾਰ ਸਾਲਾਂ ਦੇ ਛੋਟੀਆਂ ਛੋਟੀਆਂ ਔਡ ਜੋਬਾਂ ਕਰਦੇ ਹੋਏ ਘਰਾਂ ਦੇ ਮਾਲਕ ਬਣ ਜਾਂਦੇ, ਰੋਟੀ ਰੋਜ਼ੀ ਰੋਟੀ ਖਾਣ ਲੱਗ ਜਾਂਦੇ, ਸਭ ਵਧੀਆ ਚੱਲਦਾ ਉਸ ਰੂਪ ਦੇ ਵਿੱਚ। ਪਰ ਇਹਨਾਂ ਮੁਬਾਲਿਕ ਦੇ ਵਿੱਚ ਅਸੀਂ ਦੇਖਦੇ ਹਾਂ ਨਸ਼ੇ ਵਿਕਦੇ ਨੇ ਬੇਬਹਾ, ਵੈਪਨਸ ਜਿਹੜੇ ਨੇ ਉਹ ਵਿਕਦੇ ਨੇ, ਮਾੜੇ ਕੰਮਾਂ ਦੇ ਉੱਤੇ ਲੋਕਾਂ ਨੂੰ ਲਾਇਆ ਜਾਂਦਾ ਹੈਗਾ, ਇਹ ਸਭ ਚੀਜ਼ਾਂ ਹੁੰਦੀਆਂ ਨੇ। ਇਹ ਕੌਣ ਲਾ ਰਹੇ ਨੇ? ਉਹ ਲੋਕ ਜਿਨ੍ਹਾਂ ਨੂੰ ਸਵਾਰਥ ਵੱਧ ਗਿਆ ਆ, ਲਾਲਚ ਵੱਧ ਗਿਆ ਆ। ਹੁਣ ਬੰਦਾ ਹੋਰ ਤੇ ਕਾਰੋਬਾਰ ਕਰੇ, ਪਰ ਇਹੋ ਜਿਹੇ ਕੰਮ ਕਰੇ ਜਿਹਦੇ ਨਾਲ ਸਮਾਜ ਉੱਜੜਦਾ ਆ, ਘਰ ਉੱਜੜਦੇ ਨੇ, ਪਰਿਵਾਰ ਉੱਜੜਦੇ ਨੇ, ਬੱਚਿਆਂ ਦਾ ਜੀਵਨ ਬਰਬਾਦ ਹੁੰਦਾ ਹੈਗਾ। ਉਹ ਤਾਂ ਕਿਉਂਕਿ ਕਾਚਾ ਧਨ, ਬਹੁਤੇ ਦਾ ਲਾਲਚ ਬੰਦੇ ਦੇ ਜ਼ਹਿਨ 'ਚ ਇੰਨਾ ਜ਼ਿਆਦਾ ਫਸ ਜਾਂਦਾ ਹੈ, ਬੰਦੇ ਨੂੰ ਦਿਸਦਾ ਹੀ ਨਹੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਾਚਾ ਧਨ ਸੰਚੈ ਮੂਰਖ ਗਾਵਾਰ। ਜਿਹੜੇ ਮੂਰਖ ਲੋਕ, ਜਿਨ੍ਹਾਂ ਦੀ ਅਕਲ ਦਾ ਉਹ ਜਿਹੜਾ ਹੈਗਾ ਜਨਾਜ਼ਾ ਨਿਕਲ ਗਿਆ, ਉਹ ਲੋਕ ਇਹੋ ਜਿਹੇ ਕੱਚੇ ਧਨ ਦੇ ਮਗਰ ਭੱਜਦੇ। ਮਨਮੁਖ ਭੁੱਲੇ ਅੰਧ ਗਵਾਰ, ਮਨ ਦੇ ਮੁਰੀਦ ਭੁੱਲ ਗਏ, ਅੰਨੇ ਹੋ ਗਏ, ਦਿਸਦਾ ਨਹੀਂ, ਅੱਖਾਂ ਦੇ ਸਾਹਮਣੇ ਲੋਕਾਂ ਨੂੰ ਜ਼ਹਿਰ ਖਾਂਦਿਆਂ ਨੂੰ ਵੇਖਦੇ, ਫਿਰ ਆਪ ਜ਼ਹਿਰ ਖਾਣ ਵਾਸਤੇ ਤੁਰ ਪੈਂਦੇ। ਅਗਲਾ ਬਚਨ ਬਿਲਕੁਲ ਇਹਦੇ ਬਾਰੇ ਕਿਹਾ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਵਿਖਿਆਦੀ ਧਨ। ਮੈਂ ਵੈਸੇ ਤਾਂ ਅਸੀਂ ਉਸ ਦੇ ਬਾਬਤ ਜਿਹੜਾ ਹੈਗਾ ਓਥ ਲਈ ਹੁੰਦੀ ਹੈ ਕਿ ਉਹ ਸਾਰਾ ਜਿਹੜੀ ਉਹਨਾਂ ਦੀ ਸੀਕਰੇਸੀ ਹੈਗੀ ਹੈ ਉਹਨੂੰ ਅਸੀਂ ਲੀਕ ਨਹੀਂ ਕਰ ਸਕਦੇ, ਜਿਹੜੀ ਉਹਨਾਂ ਦੀ ਪ੍ਰਾਈਵੇਸੀ ਹੈਗੀ ਹੈ, ਦੈਟ ਇਜ਼ ਅਸੈਂਸ਼ੀਅਲ ਪਾਰਟ। ਪਰ ਮੈਂ ਖੁਦ ਜੇਲ੍ਹਾਂ ਦੇ ਵਿੱਚ ਕੰਮ ਕਰਦਾ ਹਾਂ, ਸਿਸਟਮ ਵਿੱਚ ਕੰਮ ਕਰਦਾ ਹਾਂ, ਅਤੇ ਬੜੀ ਵੱਡੀ ਨਫ਼ਰੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਨਸ਼ੇ ਵੇਚਦੇ ਫੜੇ ਗਏ, ਨਸ਼ੇ ਢੋਂਦੇ ਫੜੇ ਗਏ ਇਸ ਤਰੀਕੇ ਦੇ ਨਾਲ, ਅਤੇ ਹੁਣ ਕਈ ਵਾਰੀ ਉਮਰਾਂ ਉੱਥੇ ਗੁਜ਼ਾਰ ਰਹੇ ਨੇ। ਜਦੋਂ ਗੱਲਬਾਤ ਹੁੰਦੀ ਹੈ ਤਾਂ ਫਿਰ ਪਤਾ ਲੱਗਦਾ ਵੀ ਇਹ ਕਿਵੇਂ ਹੋਇਆ। ਇੱਕ ਸ਼ਖਸ ਉੱਥੇ ਮਿਲਿਆ, ਸ਼ਾਇਦ ਉਹਨੇ ਅੰਦਰ 32 ਸਾਲ ਰਹਿਣਾ, ਅੰਦਰ 32 ਈਅਰ ਮਿਲੇ ਨੇ ਉਹਨੂੰ ਟੋਟਲ, ਅਤੇ ਉਹ ਗੱਲਬਾਤ ਹੋਈ ਅਤੇ ਮੈਂ ਕਿਹਾ ਵੀ ਸੱਜਣਾ ਇੰਨੀ ਵੱਡੀ ਸਜ਼ਾ ਇਸ ਤਰੀਕੇ ਨਾਲ? ਕਹਿੰਦਾ ਅਸਲ 'ਚ ਸਬੂਤ ਬੜੇ ਪੱਕੇ ਮੇਰੇ ਖਿਲਾਫ਼ ਆ ਗਏ ਅਤੇ ਇਸ ਕਰਕੇ ਆ ਗਿਆ ਅੰਦਰ, ਨਸ਼ੇ ਵਗੈਰਾ ਵੇਚਣ ਤਸਕਰੀ ਦੇ ਚੱਕਰ 'ਚ ਆਇਆ ਇੰਟਰਨੈਸ਼ਨਲ ਲੈਵਲ 'ਤੇ। ਅੱਛਾ, ਕਮਾਲ ਹੋ ਗਈ, ਸਭ ਕੁਝ ਹੋਇਆ? ਉਹ ਕਹਿੰਦਾ ਨਹੀਂ ਨਹੀਂ ਅਸਲ 'ਚ ਗੱਲ ਇਹ ਸੀਗਾ, ਮੈਂ ਬੜਾ ਮੂਰਖ ਹਾਂ। ਮੈਂ ਕਿਹਾ ਉਹ ਤਾਂ ਹੈ ਹੀ ਇਹੋ ਜਿਹੇ ਕੰਮ ਕਰਨ ਵਾਲਾ ਬੰਦਾ ਸਿਆਣਾ ਥੋੜ੍ਹਾ ਹੋਏਗਾ। ਕਹਿੰਦੇ ਨਹੀਂ ਨਹੀਂ ਉਹ ਵੀ ਗੱਲ ਨਹੀਂ ਹੈ, ਇੱਕ ਲੈਵਲ ਦੀ ਹੋਰ ਮੂਰਖਤਾ ਕਰ ਗਿਆ ਕਿ ਜਦੋਂ ਇਹ ਸਾਰਾ ਕੁਛ ਕਰ ਰਿਹਾ ਸੀਗਾ, ਮੇਰੇ ਨਾਲ ਇੱਕ ਬੰਦਾ ਪਾਰਟਨਰ ਬਣਿਆ ਆ ਕੇ, ਅਤੇ ਉਹ ਅੰਡਰ ਕਵਰ ਸੀਗਾ, ਅਥਾਰਟੀਜ਼ ਲਈ ਕੰਮ ਕਰਦਾ ਸੀਗਾ, ਅਤੇ ਕਹਿੰਦਾ ਮੈਨੂੰ ਪਤਾ ਵੀ ਲੱਗ ਗਿਆ, ਮੈਨੂੰ ਆਈਡੀਆ ਹੋ ਗਿਆ ਵੀ ਇਹ ਜਿਹੜਾ ਹੈਗਾ ਇਹ ਬੰਦਾ ਉਹ ਰਲਿਆ ਆ ਇਹ ਸਭ, ਅਤੇ ਮੈਂ ਇੰਨਾ ਮੂਰਖ ਇਹ ਸੋਚਿਆ ਕਿ ਇਹਦਾ ਫਾਇਦਾ ਮੈਂ ਚੱਕਦਾ ਵਾਂ, ਕਿਉਂਕਿ ਅਥੋਰਿਟੀ ਸਾਨੂੰ ਫਿਰ ਛੇਤੀ ਕਰਕੇ ਜਿਹੜਾ ਹੈਗਾ ਫੜ ਦਿੰਦੀਆਂ ਨਹੀਂ, ਦੋ ਚਾਰ ਡੀਲਾਂ ਕਰਕੇ ਤਾਂ ਮੈਂ ਨਿਕਲ ਜਾਵਾਂਗਾ ਅਤੇ ਫਿਰ ਮੁੜ ਕੇ ਜਿਹੜਾ ਹੈਗਾ ਛੱਡ ਦਿਆਂਗਾ ਇਹਨੂੰ। ਅਜੀਬ ਹਾਲਤ ਹੈ, ਐਸਾ ਬੰਦੇ ਦੀ ਮੱਤ ਮਾਰੀ ਗਈ, ਮਤਲਬ ਆਪਣੇ ਆਪ ਨੂੰ ਸਮਝੋ ਮੈਂ ਬੜਾ ਇੰਟੈਲੀਜੈਂਟ ਹਾਂ, ਮੈਂ ਬੜਾ ਮਤਲਬ ਉਸ ਲੈਵਲ 'ਤੇ ਹੈਗਾ,
ਹਾਲਾਂਕਿ ਉਹ ਟਰੈਪ ਹੋ ਰਿਹਾ, ਵੇਖ ਰਿਹਾ ਆਪਣੇ ਆਪ ਨੂੰ, ਵਿਖਿਆ ਕਹਿਤਨ, ਸਾਹਮਣੇ ਜ਼ਹਿਰ ਖਾ ਰਿਹਾ, ਫਿਰ ਨਹੀਂ ਦਿਸ ਰਿਹਾ। ਕਿਆ ਅਕਲ ਦੀ ਹਨੇਰ ਕਰਦੀ ਨਹੀਂ ਮੱਛੀ। ਇਹ ਹੈ ਵਿਖਿਆ ਕਹਿਤਨ ਸਦਾ ਦੁੱਖ ਹੋਏ, ਇਹਦੇ 'ਚੋਂ ਸਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ। ਸਭ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਜਿਹਦੇ ਮਗਰ ਭੱਜ ਰਿਹਾ ਹੈ, ਨਾ ਸਾਥ ਜਾਏ, ਇਹਦੇ 'ਚੋਂ ਪਰਛਾਵੇਂ ਕਿੰਨੇ ਫੜੇ ਨੇ ਕਦੇ। ਇੱਥੇ ਲੋਕ ਨੌਬਤਾਂ ਵਜਾ ਕੇ ਗਏ ਆਪਣੇ ਨਾਵਾਂ ਦੀਆਂ, ਸਿੱਕੇ ਚਲਾ ਕੇ ਗਏ ਆਪਣੇ ਨਾਵਾਂ ਦੇ। ਅੱਜ ਧਰਤੀ 'ਤੇ ਕੋਈ ਦਿਸਦਾ ਉਸ ਰੂਪ ਦੇ ਵਿੱਚ? ਸਾਡੀ ਤੁਹਾਡੀ 'ਤੇ ਪਾਇਆ ਹੀ ਕੀ ਹੈਗੀ ਹੈ? ਬਾਕੀ ਇਹ ਹੈ, ਜੇ ਕਿਤੇ ਐਥਿਕਸ ਨੇ, ਜੇ ਕਿਤੇ ਬੰਦੇ ਦੇ ਅਸੂਲ ਨੇ, ਆਪਣੂੰ ਜਦ ਪਤਾ ਹੋਏਗਾ। ਪਿੱਛੇ ਭਾਰਤੀ ਖਿੱਤੇ ਦੇ ਵਿੱਚ ਜਿਹੜੇ ਪੁਰਾਣੇ ਰਾਜੇ ਰਜਵਾੜੇ ਹੋਏ ਨੇ, ਉਹਨਾਂ ਦੇ ਖਾਨਦਾਨਾਂ ਬਾਰੇ ਕੁਝ ਲੋਕਾਂ ਨੇ ਰਿਸਰਚ ਕਰਨੀ ਸ਼ੁਰੂ ਕੀਤੀ, ਕਿਹੜਾ ਖਾਨਦਾਨ ਖਤਮ ਹੋ ਗਿਆ, ਕਿਹੜਾ ਨਹੀਂ। ਕਰਦਿਆਂ ਕਰਾਉਂਦਿਆਂ ਜਿਹੜਾ ਮੁਗਲਾਂ ਦਾ ਖਾਨਦਾਨ ਸੀਗਾ, ਉਹਦੇ ਬਾਰੇ ਵੀ ਰਿਸਰਚ ਹੋਣੀ ਸ਼ੁਰੂ ਹੋ ਗਈ। ਕਦੀ ਤੈਮੂਰ ਲੰਗ ਤੋਂ ਸ਼ੁਰੂ ਹੋਇਆ, ਅਤੇ ਫਿਰ ਬਾਬਰ, ਅਤੇ ਫਿਰ ਜਿਹੜਾ ਹੈਗਾ ਅਗਲੇ ਪਾਸੇ ਹਮਾਇਊਂ, ਅਕਬਰ, ਸ਼ਾਹਜਹਾਂ, ਜਹਾਂਗੀਰ, ਸ਼ਾਹਜਹਾਂ, ਫਿਰ ਅੱਗੇ ਔਰੰਗਜ਼ੇਬ, ਫਿਰ ਅਗਾਂ ਬਹਾਦਰ ਸ਼ਾਹ, ਫਿਰ ਅਗਾਂ ਕਰਦਿਆਂ ਕਰਦਿਆਂ ਅਖੀਰ ਫਿਰ ਬਹਾਦਰ ਸ਼ਾਹ ਜਫਰ ਤੱਕ ਸਾਰੀ ਲੰਮੀ ਜਿਹੜੀ ਉਹ ਟ੍ਰੇਲ ਜਿਹੜੀ ਉਹਨਾਂ ਨੇ ਸਾਰੀ ਦੀ ਸਾਰੀ ਫੋਲੋ ਕੀਤੀ, ਅਤੇ ਪਤਾ ਕੀਤਾ ਵੀ ਆਖਿਰਕਾਰ ਖਾਨਦਾਨ 'ਚ ਕੋਈ ਹੈ। ਹੁਣ ਉਹ ਅਖੀਰ ਪਤਾ ਇਹ ਲੱਗਾ ਵੀ ਉਸੇ ਖਾਨਦਾਨ ਵਿੱਚ ਔਰੰਗਜ਼ੇਬ ਦੀ ਚੌਥੀ ਪੀੜ੍ਹੀ ਦੇ ਵਿੱਚ ਉਹਦੀ ਪੋਤ ਨੂੰ ਲੱਗਦੀ ਹੈ। ਉਹ ਹਾਵੜਾ ਕਲਕੱਤੇ ਸਟੇਸ਼ਨ ਦੇ ਉੱਤੇ 2-2 ਰੁਪਈਏ ਦੀ ਚਾਹ ਵੇਚ ਰਹੀ ਹੈ। ਇਹ ਰਿਐਲਿਟੀ ਹੈ। ਕੱਲ੍ਹ ਦੇ ਉਹ ਅਮੀਰ, ਕੱਲ੍ਹ ਦੇ ਉਹ ਜਿਹੜੇ ਆਪਣੇ ਆਪ ਨੂੰ ਖਾਉਂਦੇ ਸੀ, ਅੱਜ ਕਿੱਥੇ ਆ ਕੇ ਪਹੁੰਚ ਗਏ? ਜੇ ਦੇਖਿਆ ਜਾਏ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਖਾਨਦਾਨ, ਅਸੀਂ ਸਾਰਾ ਖਾਨਦਾਨ ਉਹਨਾਂ ਦਾ ਹੀ ਹਾਂ, ਹੋਰ ਕੀ ਹੈ। ਸਾਨੂੰ ਜਦੋਂ ਖੰਡੇ ਦੀ ਪਹੁਲ ਦਿੱਤੀ ਜਾਂਦੀ ਹੈ ਤਾਂ ਕਿਹਾ ਜਾਂਦਾ, ਅੱਜ ਤੋਂ ਬਾਅਦ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਮਤਲਬ ਇਹ ਕਿ ਜਿਨ੍ਹਾਂ ਨੇ ਅਸੂਲਾਂ 'ਤੇ, ਵਕਤੀ ਤੌਰ 'ਤੇ ਤਾਂ ਲੱਗਦਾ, ਹਾਲਾਂਕਿ ਬਹੁਤ ਵੱਡਾ ਹਿਸਟੋਰੀਅਨ ਸਾਡਾ ਭਾਰਤੀ ਖਿੱਤੇ ਦਾ, ਜਿਹਨੇ ਸਿੱਖ ਖਾਲਸਾ ਰੈਵੋਲੂਸ਼ਨ ਦੇ ਉੱਤੇ ਕਿਤਾਬ ਲਿਖੀ ਸੀਗੀ, ਜਿਹੜਾ ਇੰਦਰਭੂਸ਼ਣ ਬੈਨਰਜੀ, ਉਹ ਇੱਕ ਜਗ੍ਹਾ ਜ਼ਿਕਰ ਕਰਦਾ ਹੈ, ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿਹੜੀਆਂ ਅਨੰਦਪੁਰ ਸਾਹਿਬ ਦੀ ਲਾਸਟ ਵਾਲੀ ਜੰਗ ਅਤੇ ਉਸ ਤੋਂ ਬਾਅਦ ਚਮਕੌਰ ਵਾਲੀ ਜੰਗ ਦੇ ਵਿੱਚ ਬੜੀ ਹਾਰ ਹੋਈ, ਮੂੰਹ ਦੀ ਖਾਣੀ ਪਈ, ਉਹਨੇ ਇਹ ਲਫ਼ਜ਼ ਲਿਖਤੇ। ਲੋਕਾਂ ਨੇ ਬਾਅਦ 'ਚ ਬੜੀ ਉਸ ਲੈਵਲ 'ਤੇ ਉਹਦੇ ਫਿਰ ਉਹਨੂੰ ਵਾਪਸ ਉਹਨੂੰ ਦਿੱਤਾ ਵੀ ਆਹ ਤੂੰ ਕੀ ਕਹਿ ਰਿਹਾ ਹੈਗਾ, ਤੈਨੂੰ ਪਤਾ ਵੀ ਹੈ ਉਸ ਹਸਤੀ ਨੇ ਇਸ ਕਾਇਨਾਤ ਦੇ ਵਿੱਚ ਕੈਸਾ ਜਿਹੜਾ ਹੈਗਾ ਸੱਚਾ ਸੁੱਚਾ ਕਰਮ ਕਰਕੇ ਵਿਖਾਇਆ। ਪਰ ਲੱਗਦਾ ਵਕਤੀ ਤੌਰ 'ਤੇ ਲੋਕਾਂ ਨੇ ਜਿਵੇਂ ਹਾਰ ਆ, ਪਰ ਉਹ ਹਾਰ ਕਿਸੇ ਅਸੂਲ 'ਤੇ ਖੜ੍ਹੇ ਹੋ ਕੇ ਆਪਣੀ ਕੁਰਬਾਨੀ ਵਿੱਚੋਂ ਆ ਰਹੀ ਹੈ, ਪਰ ਉਹ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਜਿੱਤਾਂ ਤੋਂ ਵੱਡੀ ਹਾਰ ਹੋ ਗਈ। ਜਿਸ ਲੈਵਲ 'ਤੇ ਗੁਰੂ ਸਾਹਿਬ ਜੇਤੂ ਹੋਏ, ਅੱਜ ਦੇਖੋ ਨਾ ਜਿੱਤ ਦਾ ਜਿਹੜਾ ਮਜ਼ਮਾ ਤੁਸੀਂ ਦੇਖ ਰਹੇ ਹੈਗੇ। ਸੋ ਇਹ ਸਮਝ ਬੰਦੇ ਨੂੰ ਆ ਜਾਏ ਕਿ ਜੇ ਅਸੂਲ 'ਤੇ ਰਹਾਂਗੇ ਇਹਦੇ 'ਚ ਅਸਲ ਪ੍ਰਾਪਤੀ ਹੈ। ਬਾਕੀ ਜੇ ਸਿਰਫ ਠੀਕਰਿਆਂ ਦੇ ਮਗਰ, ਗੰਗੂ ਦੀ ਬਿਰਤੀ ਅਸੀਂ ਯਾਦ ਕਰਦੇ ਹਾਂ, ਸੁੱਚੇ ਨੰਦ ਦੀ ਬਿਰਤੀ ਅਸੀਂ ਯਾਦ ਕਰਦੇ ਹਾਂ, ਨਾ ਉਹ ਠੀਕਰੇ ਰਹਿ ਗਏ, ਨਾ ਉਹ ਆਪ ਰਹਿ ਗਏ, ਅਤੇ ਬਲਕਿ ਜੀਵਨ ਭਰ ਦੀ ਬਦਨਾਮੀ ਆਪਣੇ ਨਾਂ ਆਪਣੀ ਝੋਲੀ ਪਵਾ ਗਏ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਇਹੋ ਜਿਹਾ ਧਨ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਮਨਮੁਖ ਭੂਲੇ ਸਭ ਮਰਹਿ ਗਵਾਰ। ਮਨ ਦੇ ਮੁਰੀਦ ਜਿਹੜੇ ਨੇ ਇਹ ਫਿਰ ਮਾਇਆਵੀ ਮਾਰ ਵਿੱਚ ਪੈ ਕੇ ਮਰ ਜਾਂਦੇ ਨੇ, ਖਤਮ ਹੋ ਜਾਂਦੇ ਨੇ ਆਖਿਰਕਾਰ। ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਦੇਖੋ ਮਾਇਆ ਗੁਜਰਾਨ ਹੈ, ਗੁਜਰਾਨ ਦੇ ਤੌਰ 'ਤੇ ਰਹੇਗੀ, ਬਾਕੀ ਨਾਲ ਕੋਈ ਨਹੀਂ ਲੈ ਕੇ ਗਿਆ। ਹਾਂ ਇਹਦੇ ਮਗਰ ਭੱਜਦੇ ਹੋਏ ਕਹਿੰਦੇ ਵੀ ਦੁਬਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ, ਨਾ ਉਰਵਾਰ ਨਾ ਪਾਰ, ਭਵਜਲ ਵਿਚਕਾਰ ਹੀ ਡੁੱਬ ਗਏ ਹੋ। ਅਗਲਾ ਬਚਨ ਹੈ ਸਤਿਗੁਰ ਭੇਟੇ ਪੂਰਾ ਭਾਗ। ਜੇ ਗੁਰੂ ਨਾਲ
ਸਾਂਝ ਬਣ ਜਾਏ, ਸਮਝੋ ਇਹੀ ਸਰਬੁਲੰਦਗੀ ਹੈ ਕਿਸਮਤ ਦੀ ਉਸ ਰੂਪ ਦੇ ਅੰਦਰ। ਸਾਚ ਰੱਤੇ ਅਹਿਨਸ ਬੈਰਾਗ, ਜਿਹੜੇ ਸੱਚ 'ਚ ਰੱਤੇ ਗਏ ਰਾਤ ਦਿਨ ਬੈਰਾਗੀ ਜੀਵਨ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਜੀਵਨ ਪ੍ਰਾਪਤ ਹੋ ਜਾਂਦਾ। ਚੌਂ ਜੁਗਮੈਂ ਅੰਮ੍ਰਿਤ ਸਾਚੀ ਬਾਣੀ, ਇਹ ਉਪਦੇਸ਼ ਗੁਰੂ ਅਮਰਦਾਸ ਸਾਹਿਬ ਕਹਿੰਦੇ ਚਾਰ ਯੁਗਾਂ ਤੱਕ ਅਟੱਲ ਹੈ ਜੋ ਤੁਹਾਨੂੰ ਸੁਣਾਇਆ ਜਾ ਰਿਹਾ। ਪੂਰਾ ਭਾਗ ਹਰਨਾਮ ਸਮਾਣੀ, ਫਿਰ ਜੇ ਅੰਦਰਲੇ ਕਿਤੇ ਭਾਗ ਮਥੋਰ ਹੋਣ ਤਾਂ ਇਹ ਚੀਜ਼ ਜਿਹੜੀ ਸਮਝ ਆਉਂਦੀ ਹੈ। ਸਿੱਧ ਸਾਧਕ ਤਰਸੈਂ ਸਭ ਲੋਏ, ਇਸ ਸਿੱਖਿਆ ਨੂੰ ਅਤੇ ਇਸ ਜੀਵਨ ਨੂੰ ਵੱਡੇ ਵੱਡੇ ਆਲਮ ਫਾਜ਼ਲ ਸਿੱਧ ਸਾਧਕ ਲੋਕ ਤਰਸਦੇ ਨੇ। ਪੂਰਾ ਭਾਗ ਪ੍ਰਾਪਤ ਹੋਏ, ਫਿਰ ਬਾਤ ਕਹੀ ਕੋਈ ਅੰਦਰ ਦਾ ਅੰਕੁਰ ਫੁੱਟੇ, ਫਿਰ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਸਭ ਕੁਛ ਸਾਚਾ ਸਾਚਾ ਹੈ ਸੋਏ। ਬਾਕੀ ਬਾਣੀ ਇਹ ਨਹੀਂ ਕਹਿੰਦੀ ਮਾਇਆ ਤਿਆਗ ਦਿਓ, ਸੰਸਾਰ ਤਿਆਗ ਦਿਓ, ਭਾਂਜਵਾਦੀ ਹੋ ਜਾਓ ਨਾ। ਸਭ ਸੱਚਾ ਆ, ਇੱਥੇ ਦੁਨੀਆਂ ਦਾ ਹਰ ਕੰਮ ਭਲਾ ਆ, ਹਰ ਤਰ੍ਹਾਂ ਦੀ ਜਿਹੜੀ ਹੈ ਕਿਰਤਕਾਰ ਤੁਹਾਨੂੰ ਕਰਨ ਦੀ ਇਜਾਜ਼ਤ ਆ, ਪਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਅਸੂਲਾਂ ਦੀ ਪਾਲਣਾ ਕਰੋ, ਰੱਬ ਨੂੰ ਚੇਤੇ ਰੱਖੋ, ਉਹਦੇ ਭੈ ਵਿੱਚ ਰਹੋ। ਸੱਚ ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਈ। ਵਿਰਲੇ ਨੇ ਜਿਹੜੇ ਸਭ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉੱਤਮ ਬ੍ਰਹਮ ਪਦਵੀ ਨੂੰ, ਭਾਵ ਉਸ ਸੁਪੀਰੀਅਰ ਸਪਿਰਚੁਅਲ ਜਿਹੜੀ ਖਾਸ ਕਰਕੇ ਸਿਚੁਏਸ਼ਨ ਆ, ਉਹਨੂੰ ਅਰਨ ਅਤੇ ਅਟੇਨ ਕਰ ਲੈਂਦੇ ਨੇ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਬਾਕੀ ਸੱਚ ਅਕਾਲ ਪੁਰਖ ਵਾਹਿਗੁਰੂ ਆਪ ਹੈ ਅਤੇ ਸਾਨੂੰ ਉਹ ਆਪ ਹੀ ਆਪਣੀ ਸ਼ਨਾਖਤ ਬਖਸ਼ਦਾ ਹੈਗਾ। ਨਾਨਕ ਆਪੇ ਵੇਖੇ ਆਪੇ ਸੱਚ ਲਾਏ, ਹੇ ਨਾਨਕ ਕਹਿ, ਉਹ ਸਾਨੂੰ ਵੇਖ ਰਿਹਾ, ਨਿਹਾਰ ਰਿਹਾ, ਸਾਨੂੰ ਓਬਜ਼ਰਵ ਕਰ ਰਿਹਾ, ਸਾਨੂੰ ਅਕਾਊਂਟੇਬਲ ਬਣਾ ਰਿਹਾ, ਸਾਨੂੰ ਉਸ ਲੈਵਲ 'ਤੇ। ਇਸ ਕਰਕੇ ਆਪਣੇ ਮਨ ਨੂੰ ਸਮਝਾ ਛੱਡਣਾ ਚਾਹੀਦਾ ਹੈ ਕਿ ਹੇ ਮਨਾ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤਨ ਤਾਨ ਕਮਾਉਣਾ, ਦੌਲਤ ਕਮਾਉਣੀ, ਪੈਸਾ ਕਮਾਉਣਾ, ਅਤੇ ਇਕੱਲਾ ਇਹ ਹੀ ਨਹੀਂ ਜੀਵਨ ਕਮਾਉਣਾ, ਅਸੂਲ ਕਮਾਉਣੇ ਨੇ। ਆਪਣੇ ਆਪ ਨੂੰ ਕਿਰਦਾਰੀ ਅਤੇ ਮਿਆਰੀ ਤੌਰ 'ਤੇ ਸੱਚੇ ਸੁੱਚੇ ਸਹੀ ਰੂਪ ਵਿੱਚ ਸੱਚਿਆਰ ਬਣਾਉਣ ਦਾ ਯਤਨ ਕਰਨਾ ਹੈਗਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਸਮੁੱਚੀ ਮਾਨਵਤਾ ਦੇ ਜੋ ਹੈਗਾ ਉਹਦੇ ਭਲੇ ਵਾਸਤੇ ਮਾਲਕ ਸਭ ਨੂੰ ਸ਼ਫਾ ਬਖਸ਼ੇ, ਸਭ ਨੂੰ ਦੇਹ ਰੋਗਤਾ ਬਖਸ਼ੇ, ਸਭ ਦੀ ਸਿਹਤਯਾਬਤਾ ਦੀ ਅਰਦਾਸ ਕਰਦਿਆਂ ਹੋਇਆਂ ਅਸੀਂ ਇੱਥੇ ਦੀਵਾਨ ਦੀ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।